The outbreak of ethnic conflict between Kuki and Maitai ethnic groups during the year in India's northeastern state of Manipur resulted in significant human rights abuses. Media reported at least 175 persons were killed, more than 60,000 displaced between May 3rd and November 15th. Activists and journalists reported armed conflict, rapes, and assaults. In addition to the destruction of homes, businesses, places of worship, significant human rights issues included credible reports of arbitrary or unlawful killings, hmm. ke marna, okay. including extrajudicial killings and forced disappearances, bande kar dane, hmm. torture or cruel, inhuman or degrading treatment, punishment by the government, harsh and life threatening. Prison conditions, arbitrary arrest of detention, political prisoners or detainees, transnational repression against individuals in another country. There were reports the government engaged in transnational repression against journalists, members of diaspora population, civil society activists, and human rights defenders. the government was alleged by other governments diaspora communities and human rights groups to have killed persons or used violence or threats of violence against individuals in other countries for reprisal indian government de agent zimmedar ne canadian uh, six citizen hardeep singh ne jenu maran layi jenu bharat di sarkar ne dehshatgard declare hoya si par ਜਿਹੜਾ ਆਜ਼ਾਦ ਮੁਲਕ ਖਾਲਸਾਣ ਦੀ ਕਾਇਮੀ ਲਈ ਜਿਹੜਾ ਉਹ ਯਤਨਸ਼ੀਲ ਸੀ ਪਰ ਭਾਰਤ ਦੀ ਹਕੂਮਤ ਨੇ ਕਿਹਾ ਕਿ ਜੀ ਨਹੀਂ ਨਹੀਂ ਸਾਡਾ ਇਹਦੇ ਵਿੱਚ ਕੋਈ ਹੱਥ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮੁਅਲਾਈਕਮ ਦਾ ਬਰਜ਼ ਮਹਾ ਤੁਹਾਡੀ ਹੋਸਟ ਅਨਿਲੋਖਤਮਾ ਟੀਵੀ 84 ਸਾਲ ਦੇ ਦਸ਼ਕਾਂ ਤੇ ਸਰੋਤਿਆਂ ਨੂੰ ਜੀਆਂ ਕੰਦੀਆਂ ਪ੍ਰੋਗਰਾਮ ਸੱਚਾ ਸੱਚੇ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨੇ ਫੇਰ ਸੰਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ ਚ ਮੈਨਾਂ ਸ਼ਾਮਲ ਨੇ ਅਵਣਾ ਨਾਲ ਗੱਲਬਾਤ ਕਰਕੇ ਆ ਅੱਜ ਐਮ ਸ਼ੂਸਪੁਰ ਉਹਨਾਂ ਦੋਨਾਂ ਦਾ ਤਾਜ਼ੀਆ ਜਾਣਦੇ ਆ ਜੀ ਰੱਬ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨਿਲਮਕੌਜ ਜੀ ਤੁਹਾਨੂੰ ਵੀ ਤੇ ਦੁਨੀਆ ਪਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣੋ ਭਰਾਵਾਂ ਨੂੰ ਅਸਲਾਮੁਅਲੈਕਮ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮਹ ਜੀਰਾ ਸਭ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਬੇਟਾ ਬਹੁਤ ਧੰਨਵਾਦ ਜੀਰਾ ਸਭ ਅੱਜ 23 ਪ੍ਰਾਲ 2024 10ਵੇਂ ਸਾਖ ਨਾਨਕਸ਼ਹੀ ਸਮਤਪੰਨ 556 ਦਾ ਦਿਨ ਹੈ ਤੇ ਰਾਰ ਸਭ ਪ੍ਰੋਗਰਾਮ ਸ਼ੁਕਰਦਪਾਲਾ ਸੀ ਪਰੰਦਰ ਸ਼ਕੰਤ ਸ੍ਰੋਤਿਆਂ ਨੂੰ ਹਮੇਸ਼ਾ ਤਰੰਦਾ ਸੀ ਵੀਵਰਸ ਜੇ ਤੁਸੀਂ ਹਾਕ ਸਾਚਨ ਸਾਹਿਬ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ ਦੀ ਫੋਨ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪਕਟਮ ਕੇਬਲ ਆਰਸਨ ਕੇਬਲ ਬਲਕਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁਕ ਟੀਵੀ ਦੀ ਫੋਨ ਦੀ ਐਪਾਂ ਆਨਲਾਈਨ ਸਟ੍ਰੀਮਿੰਗ ਆਨ IP ਵਾਕਸ ਤੇ ਤੁਸੀਂ TVR ਨੂੰ ਦੇਖ ਸਕਦੇ ਹੋ ਵੀਰ ਸਰ ਜੇ ਤੁਸੀਂ TVR ਦੀ ਫੋਨ ਆਣੀ ਪ੍ਰੋਗਰਾਮ ਸੱਚਾ ਸਾਚ ਨਾਲ Facebook ਰਾਹੀਂ ਜੁੜਿਆ ਤਾਂ ਸਵਾਤਵਾਂਤ ਲਾਈਕ ਕਰੋ ਤੇ ਸ਼ੇਅਰ ਕਰੋ ਆਦੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸੇ ਕਿ ਤੁਸੀਂ TVR ਦੀ ਫੋਰ ਦੀ ਐਪ ਨੂੰ Android and App Store ਤੇ ਡਾਊਨਲੋਡ ਕਰਕੇ ਜੋ TVR ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵੀਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਆਦੀ ਸਪਾਂਸਰਸ਼ਿਪ ਦਿਵਾ ਦੇ ਨਾਲ ਕਿ ਆਦੇ ਪ੍ਰੋਗਰਾਮ ਸੱਚਾ ਸਾਚ ਨੂੰ ਸਪਾਂਸਰ ਕੀਤਾ ਗਿਆ ਹੈ ਟ੍ਰਾਂਟੋ ਤੋਂ ਵੀਰ ਸਿਮਰਨ ਦੀਪ ਸਿੰਘ ਜੀ ਨੂੰ ਲੰਸੋ ਐਨਐਨਏਟੀ ਬੇਨਤੀ ਕੀਤੀ ਹੈ ਕਿ ਸਾਨੂੰ ਆਪਣੇ ਅਦਾਰਿਆਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਆਪਣਾ ਦਸਵੰਦ ਕਰਨਾ ਚਾਹੀਦਾ ਹੈ ਔਰ ਟੀਵੀ 84 ਦੇ ਕੌਮੀ ਅਦਾਰਿਆਂ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ ਸੋ ਆਟ தி ਸਪਾਂਸਰਸ਼ਿਪ ਲਈ ਅਸੀਂ ਸਿਮਰਨ ਦੀਪ ਸਿੰਘ ਜੀ ਦਾ तहे ਦਿਲ ਤੋਂ ਧੰਨਵਾਦ ਕਰਦੇ ਹਾਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਤਵਾਦ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੋਂ ਸੰਕਾਲ ਕਰ ਸਦੇ ਸਾਰੇ ਫੋਨ ਨੰਬਰ ਤੇ 516 6191984 ਤੋਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ, Email ਵੀ ਕਰ ਸਕਦੇ ਹੋ info@verify4.tv ਤੇ। ਸੋ ਵੀਰਸ ਪਹਿਲੇ ਸਗਿੰਦਰ ਚਾਪਾ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਸਟੇਟ ਡਿਪਾਰਟਮੈਂਟ ਨੇ ਵੜਾ 2023 ਦੀ ਹਿਊਮਨ ਰਾਈਟਸ ਬੰਦੀ ਰਿਪੋਰਟ ਜਾਰੀ ਕੀਤੀ ਹੈ ਔਰ ਇਸ ਰਿਪੋਰਟ ਵਿੱਚ ਜਿੱਥੇ ਭਾਰਤ ਵਿੱਚ ਹੋ ਰਹੀ ਇਨਸਾਨੀ ਹੱਕਾਂ ਦੇ ਹਨਨ ਨੂੰ ਬੜੇ ਵੇਰਵੇ ਨਾਲ ਬਿਆਨ ਕੀਤਾ ਹੈ, ਉੱਥੇ ਭਾਰਤ ਬੋਲ ਹਰਦੀਪ ਸਿੰਘ ਨੀਚਰ ਦੇ ਮਰਡਰ ਨਾਲ ਕੈਨੇਡਾ ਅਤੇ ਅਮਰੀਕਾ ਵਿੱਚ ਸ਼ੁਰੂ ਜਿਹੜੇ ਟ੍ਰਾਂਸਨੈਟਰ ਪ੍ਰੋਰਾਸ਼ਨ ਦਾ ਇਹ ਦਾ ਖਾਸ ਜ਼ਿਕਰ ਕੀਤਾ ਹੈ ਸੋ ਇਸ ਵਾਰ ਇਹ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂਨ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸਵ ਲਈ ਤੁਹਾਡਾ ਸਾਫਤਾ ਬਹੁਤ ਧੰਨਵਾਦ ਜੀ ਰਾਜ ਸਾਹਿਬ ਕੀ ਵਿਚਾਰ ਹਨ ਅ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪான்ਸਰ ਕਰਨ ਲਈ ਟ੍ਰਾਂਟੋ ਨਿਵਾਸੀ ਵੀਰ ਸਿਮਰਨਦੀਪ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਉਹਨਾਂ ਦਾ ਵਨ ਲਾਈਨਰ ਮੈਸੇਜ ਇਹ ਹੈ ਕਿ ਆਧਾਰੇ ਮਜ਼ਬੂਤ ਕਰੀਏ ਬਿਲਕੁਲ ਹੁਣ ਜਦੋਂ ਅਸੀਂ ਆਧਾਰਿਆਂ ਦੀ ਗੱਲ ਕਰਦੇ ਹਾਂ ਉਹ ਹਰ ਫੀਲਡ ਦੇ ਆਧਾਰੇ ਨੇ ਧਾਰਮਿਕ ਸਮਾਜਿਕ ਸਿਆਸੀ ਔਰ ਖਾਸ ਤੌਰ ਤੇ ਅੱਜ ਜਦੋਂ ਦੁਨੀਆ ਦੇ ਵਿੱਚ ਨੈਰੇਟਿਵ ਦੀ ਲੜਾਈ ਮੰਨੀ ਜਾ ਰਹੀ ਹੈ ਤਾਂ ਫਿਰ ਮੀਡੀਆ ਦੇ ਵਿੱਚ ਖਾਸ ਤੌਰ ਤੇ ਜਿਹੜਾ ਅੱਜ ਉਹ ਮੀਡੀਆ ਜਿਹੜਾ ਪੰਥ ਦੀ ਗੱਲ ਸਿੱਖ ਕੌਮ ਦੇ ਹਿੱਤਾਂ ਦੀ ਗੱਲ ਔਰ ਭਾਰਤ ਦੇ ਨੈਰੇਟਿਵ ਨੂੰ ਤੋੜ ਕੇ ਸਿੱਖ ਨੈਰੇਟਿਵ ਸਰਜਨ ਦੇ ਵਿੱਚ ਨੇ ਰੋਲ ਅਦਾ ਕਰ ਸਕਦਾ ਹੈ ਦੁਨੀਆ ਭਰ ਦੇ ਵਿੱਚ ਉਸ ਦੀ ਆਪਣੀ अहमियत ਹੈ ਅੱਛਾ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਕਿਵੇਂ ਇਵਨ ਜਿਹੜਾ ਸੋਸ਼ਲ ਮੀਡੀਆ ਜਿਹੜਾ ਪਲੈਟਫਾਰਮ ਇੱਕ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦਾ ਮਾਧਿਅਮ ਸੀ ਉਸ ਦੇ ਉੱਤੇ ਕਿਵੇਂ ਭਾਰਤੀ ਏਜੰਸੀਆਂ ਨੇ ਕੰਟਰੋਲ ਕੀਤਾ ਹਮ ਪਹਿਲਾਂ ਤਾਂ ਉਹਨਾਂ ਨੇ ਵਿਦਨ ਇਨਾ ਹਜ਼ਾਰ 10000 ਦੀ ਫਿਗਰ ਤਾਂ ਆਫਟਨ ਕੋਟ ਹੁੰਦੀ ਹੈ ਜਿਹੜੇ ਉਹਨਾਂ ਨੇ ਆਈਟੀ ਸੈਕਟਰ ਦੇ ਬੰਦੇ ਫੁੱਲ ਟਾਈਮ ਜਿਹੜੇ ਬਿਠਾਏ ਜਿਨ੍ਹਾਂ ਨੇ ਕਿਵੇਂ WhatsApp ਯੂਨੀਵਰਸਿਟੀ ਦੇ ਉੱਤੇ ਉਹਨਾਂ ਨੇ ਗਲਤ ਖਬਰਾਂ ਦੇਣੀਆਂ ਨੇ ਜਿਸ ਬਾਰੇ ਬੜੇ ਫਖਰ ਨਾਲ ਅਮਿਤ ਸ਼ਾਹ ਨੇ ਕਿਹਾ ਸੀ ਕਿ ਅਸੀਂ ਤਾਂ ਇਨੇ ਮਿਲੀਅਨਸ ਵਾਲੇ ਸਾਡੇ WhatsApp ਗਰੁੱਪ ਨੇ ਖਬਰ ਸੱਚੀ ਹੋਏ ਝੂਠੀ ਹੋਏ ਸਵੇਰ ਵੇਲੇ ਬ੍ਰੈਕਫਾਸਟ ਤੋਂ ਪਹਿਲਾਂ ਅਸੀਂ ਉਹ ਖਬਰ ਪ੍ਰੋਸ ਦਿੰਦੇ ਤੇ ਇਨੇ ਲੋਕਾਂ ਤੱਕ ਪਹੁੰਚ ਜਾਂਦੀ ਹੈ ਅੱਛਾ ਅੱਜ ਇੱਕ ਬੜਾ ਪੌਪੂਲਰ ਯੂਟਿਊਬਰ ਤਰੋਗਰਾਠੀ ਨਾ ਦਾ ਜੈਸ ਦੀ ਦੇ ਮਿਲੀਅਨਸ ਐਂਡ ਮਿਲੀਅਨਸ ਉਸਤੇ ਵੀਅਰ ਨੇ ਜਾਂ ਉਸ ਦੀ ਗੱਲ ਜਨੇ ਮੋਦੀ ਨੂੰ ਹਾਲਾਂ ਮੈਨੂੰ ਜਿੰਨਾ ਤੱਕ ਥੋੜੀ ਜਾਣਕਾਰੀ ਹੈ ਉਸ ਦਾ ਆਮ ਆਦਮੀ ਪਾਰਟੀ ਦੇ ਆਈਟੀ ਸੈਲ ਨਾਲ ਕਿਸੇ ਵੜੇ ਸੰਬੰਧ ਰਿਹਾ ਲੇਕਿਨ ਉਹਦੀ ਕਾਫੀ ਪੌਪੂਲਾਰਿਟੀ ਹੈ ਔਰ ਪਿੱਛੇ ਉਸ ਦੀਆਂ ਦੋ ਕੁ ਵੀਡੀਓ ਜਿਦੇ ਚ ਉਹਨੇ ਮੋਦੀ ਨੂੰ ਤਾਨਾਸ਼ਾਹ ਦੇ ਤੌਰ ਦੇ ਉੱਤੇ ਇਹ ਰਿਹਾ ਉਹ ਪ੍ਰੋਜੈਕਟ ਕੀਤਾ ਕਿ ਭਾਈ ਕਿਵੇਂ ਤਾਨਾਸ਼ਾਹੀ ਕੀ ਹੈ ਕਿਧਰ ਨੂੰ ਜਾ ਰਹੀ ਹੈ ਔਰ ਹੁਣੇ ਹੀ ਅੱਜ ਤੋਂ ਇੱਕ ਦੋ ਦਿਨ ਪਹਿਲਾਂ ਉਹਦੀ ਇੱਕ ਵੀਡੀਓ ਕਿ ਹਾਊ ਪੀਪਲ ਆਰ ਬ੍ਰੇਨਵਾਸ਼ਡ ਇਸ ਤੇ ਉੱਤੇ ਬੜੀ ਐਜੂਕੇਟਿਵ ਕਿਉਂਕਿ ਇਹ ਜਿਹੜੇ ਲੋਕ ਇਸ ਔਰ ਰਹਿੰਦਾ ਸ਼ਾਇਦ ਉਹ ਬਾਹਰ ਹੈ ਜਰਮਨ ਚ ਹੈ ਜਾਂ ਕਿਸ ਮੁਲਕ ਚ ਰਹਿੰਦਾ ਹੈ ਲੇਕਿਨ ਉਹਨੇ ਜਸ ਸਿਸਟਮੈਟਿਕ ਢੰਗ ਦੇ ਨਾਲ ਕੰਪੈਰੀਜ਼ਨ ਦਿੱਤਾ ਕਿਉਂਕਿ ਮੈਂ ਸਮਝਦਾ ਵੀ ਜਿਸ ਤੋਂ ਜਿਹੜਾ ਆਰਗੂਮੈਂਟ ਆਏ ਕ੍ਰੈਡਿਟ ਉਹਨੂੰ ਦੇਣਾ ਬਣਦਾ ਹੈ ਸੋ ਮੈਂ ਕਿਉਂਕਿ ਉਹਨੇ 4-5 ਨੁਕਤਿਆਂ ਦੇ ਉੱਤੇ ਗੱਲ ਕੀਤੀ ਕਿ ਜਿਵੇਂ ਨਾਜ਼ੀਆਂ ਨੇ ਆਪਣਾ ਲੋਕਾਂ ਨੂੰ ਬ੍ਰੇਨ ਵਾਸ਼ ਕੀਤਾ ਸੀ ਤੇ ਕਿਵੇਂ ਜਰਮਨ ਵਾਈਟ ਰੇਸ ਕੋਕੇਸ਼ੀਅਨ ਜਨਾਂ ਨੂੰ ਇਹ ਅਹਿਸਾਸ ਕਰਵਾਇਆ ਪਹਿਲਾਂ ਕਿ ਤੁਸੀਂ ਉੱਚੀ نسل ਦੇ ਹੋ ਜੋ ਉਹਨੇ ਕੰਪੈਰੀਜ਼ਨ ਦਿੱਤਾ ਕਿ ਭਈ ਅੱਜ ਕਿੰਨਾ ਵੱਡਾ ਤਬਕਾ ਹੈ ਭਾਰਤ ਦੇ ਵਿੱਚ ਜਿਹੜੇ ਕੱਲੇ ਮੋਦੀ ਭਗਤ ਜਾਂ ਅਨ ਭਗਤ ਜਾਂ ਦੂਜੇ ਤੱਕ ਨਹੀਂ ਨੇ ਉਸ ਤੋਂ ਵੀ ਬਿਯੋਂਡ ਜਾ ਕੇ ਉਹ ਬ੍ਰੇਨ ਵਾਸ਼ ਹੋ ਚੁੱਕੇ ਨੇ ਉਹ ਕਿਸੇ ਦੂਸਰੀ ਗੱਲ ਨੂੰ ਸੁਣਨ ਨੂੰ ਤਿਆਰ ਨਹੀਂ ਔਰ ਉਸ ਦਾ ਫਿਰ ਉਹਨੇ ਜਿਹੜਾ ਕੰਪੈਰੀਜ਼ਨ ਹੈ ਉਹ ਬੜਾ ਟੁਕਵਾ ਅਸੀਂ ਵੀ ਜਦੋਂ ਆਰਐਸਐਸ ਦੀ ਆਈਡੀਓਲੋਜੀ ਦਾ ਰਾਈਜ਼ ਔਰ ਜਿਵੇਂ ਹਿਟਲਰ ਨੇ ਟੇਕਓਵਰ ਕੀਤਾ ਔਰ ਫਿਰ ਕਿਵੇਂ ਉਹਨੇ ਆਪਣੀਆਂ ਪਾਲਿਸੀ ਐਗਜ਼ੀਕਿਊਟ ਕੀਤੀ ਉਸ ਦੀ ਗੱਲ ਕਰਦੇ ਪਰ ਇਹ ਕਿਉਂਕਿ ਜਦੋਂ ਅੱਜ ਅਸੀਂ ਬ੍ਰੇਨ ਵਾਸ਼ਿੰਗ ਦੀ ਗੱਲ ਕਰਦੇ ਕਿ ਮੀਡੀਆ ਕਿੰਨਾ ਪਾਵਰਫੁਲ ਟੂਲ ਬਣ ਚੁੱਕਾ ਹੈ ਜਦੋਂ ਤਾਂ ਨਾਜ਼ੀਆਂ ਦਾ ਜਾਂ ਮਸੋਲਨੀ ਦਾ ਰਾਈਜ਼ ਸੀ ਉਦੋਂ ਤਾਂ ਅਜੇ ਨਿਊਜ਼ਪੇਪਰ ਸੀ ਅਖਬਾਰਾਂ ਸੀ ਜ਼ਾਹਰ ਹੈ ਔਰ ਉਸੇ ਕਰਕੇ ਹੀ ਉਸ ਪੀਰੀਅਡ ਦੇ ਵਿੱਚ ਬਰੇ ਸਗੀਰ ਦੇ ਇੱਕ ਸ਼ਾਇਰ ਨੇ ਸਬਕਾਂਟਿਨੇਟ ਦੇ ਸ਼ਾਇਰ ਨੇ ਕਿਹਾ ਸੀ ਕਿ ਖੀਂਚੋ ਨਾ ਕਮਾਨੋਂ ਕੋ ਨਾ ਤਲਵਾਰ ਨਿਕਾਲੋ ਅਗਰ ਤੋਪ ਮੁਕਾਬਲ ਹੋ ਤੋ ਅਖਬਾਰ ਨਿਕਾਲੋ ਕਿਉਂਕਿ ਉਸ ਜ਼ਮਾਨੇ ਚ ਵੀ ਕਿਵੇਂ ਨਾਜ਼ੀਆਂ ਦਾ ਪ੍ਰੋਪਾਗੈਂਡਾ ਅਖਬਾਰਾਂ ਰਾਹੀਂ ਪਹੁੰਚ ਰਿਹਾ ਸੀ ਉਹਨੂੰ ਸੀ ਕਿ ਵੀ ਇਹ ਜਿਹੜੀ ਲੜਾਈ ਤੋਪਾਂ ਤੇ ਤੀਰ ਕਮਾਨਾਂ ਦੀ ਹੈ ਇਸ ਨਾਲੋਂ ਮੱਚ ਪਾਵਰਫੁੱਲ ਜਿਹੜੀ ਬ੍ਰੇਨ ਵਾਸ਼ਿੰਗ ਹੈ ਉਹ ਤਾਂ ਅਖਬਾਰ ਨਾਲ ਹੁੰਦੀ ਹੈ ਸੋ ਰੇਡੀਓ ਵੀ ਉਸ ਪੀਰੀਅਡ ਚ ਆ ਚੁੱਕਾ ਸੀ ਰੇਡੀਓ ਵੇਵਸ ਦਾ ਇਸਤੇਮਾਲ ਸੀ ਖ਼ਬਰਾਂ ਦਾ ਸੀ ਅਜੇ ਜਿਹੜਾ ਉਹ ਦੂਸਰਾ ਮੀਡੀਆ ਤਾਂ ਨਹੀਂ ਸੀ ਲੇਕਿਨ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਸਟੈਪ ਨਾਜ਼ੀਆਂ ਨੇ 3 4 5 ਲੈ ਜਿਹਦੇ ਥੱਲੇ ਫੇਰ ਜਰਮਨ ਦੇ ਲੋਕਾਂ ਨੂੰ ਵੀ ਲੱਗਣ ਲੱਗ ਗਿਆ ਵੀ ਜੇ ਕੋਈ ਇੱਕ ਸਾਡਾ ਕੋਈ ਕਲਿਆਣ ਕਰ ਸਕਦਾ ਤਾਂ ਉਹ ਹਿਟਲਰ ਕਰ ਸਕਦਾ ਹੈ। ਇਹੀ ਸਾਡਾ ਖੁਦਾ ਹੈ, ਇਹੀ ਰੱਬ ਹੈ, ਇਹੀ ਸਾਡਾ ਜਰਮਨ ਹੈ, ਇਹੀ ਸਾਡੀ ਇਕਨੋਮੀ ਹੈ, ਇਹੀ ਸਾਡਾ ਫੇਥ ਹੈ। ਉਹਦਾ ਪਹਿਲਾ ਸਟੈਪ ਜਿਹੜਾ ਬਿਆਨਿਆ ਗਿਆ ਉਹੀ ਸੀ ਕਿ ਤੁਸੀਂ ਸਾਬਤ ਕਰੋ ਕਿ ਤੁਸੀਂ ਉੱਚ ਨਸਲ ਦੇ ਲੋਕ ਹੋ ਔਰ ਐਗਜ਼ੈਕਟਲੀ ਜਿਵੇਂ ਹਿੰਦੂ ਪ੍ਰਾਈਡ ਹਿੰਦੂ ਗਰਵ ਝੂਠੇ ਤੁਸੀਂ ਵੇਦਾਂ ਚੋਂ ਇਧਰੋਂ ਉਧਰੋਂ ਕਹਾਣੀਆਂ ਮਿਥਕ ਘੜੋ ਕਿ ਜੀ ਸਾਡੇ ਕੋਲ ਟੈਸਟ ਟਿਊਬ ਬੇਬੀ ਸੀ ਅਸੀਂ ਤਾਂ ਗਮਲਿਆਂ ਚ ਬੱਚੇ ਆਗਾਦੰਦੇ ਸੀ ਸਾਡਾ ਮੈਥਮੈਟਿਕਸ ਕਿੱਥੇ ਪਹੁੰਚਿਆ ਸੀ ਵਾਹ ਭਾਰਤ ਦੀ ਲੜਾਈ ਨਿਊਕਲੀਅਰ ਟਿਪਡ ਵਾਰ ਸੀ ਜਿਉਂ ਤ੍ਰਿਤਰਾਸ਼ਟ ਰਣੇ ਨੂੰ ਫਲਾਣਾ ਸੰਝੇ ਖਬਰ ਸੁਣਾ ਰਿਹਾ ਸੀ ਤੇ ਉਸ ਦੇ ਕੋਲ ਫਲਾਣਾ ਜਿਹੜੇ ਯੰਤਰ ਅਜ ਨਹੀਂ ਬਣੇ ਹੈ ਉਹ ਦੇਖ ਸਕਦਾ ਸੀ ਵੀ ਉੱਥੇ ਕੀ ਹੋ ਰਿਹਾ ਸੋ ਤੁਸੀਂ ਫਿਰ ਤੁਸੀਂ ਕਹੋ ਜੀ ਵੀ ਇਹ ਸਾਡਾ ਅਸੀਂ ਜਨਮ ਤੋਂ ਹੀ ਉੱਚ Hindu ਸਾਡੀ ਸਭਿਤਾ ਬਹੁਤ ਮਹਾਨ ਸੀ ਇਹ ਸਭ ਕੁਝ ਵੇਦਾਂ ਚ ਸੀ ਲੇਕਿਨ ਬਾਹਰ ਵਾਲੇ ਜਿਹੜੇ ਨੇ ਸਾਡੇ ਪੀਤਾਂ ਨੂੰ ਲੈ ਗਏ ਔਰ ਉਹਨਾਂ ਨੇ ਜਿਹੜਾ ਜਾ ਕੇ ਫਿਰ ਆਪਣੀਆਂ ਰਿਸਰਚਸ ਦੂਜੀਆਂ ਕਢ ਲਈਆਂ ਤੇ ਸਾਨੂੰ ਉਹਨਾਂ ਨੇ ਜਿਹੜਾ ਉਹ ਇਸ ਪਾਸੇ ਵੱਲ ਧੱਕ ਦਿੰਦਾ ਹੈ ਸੋ ਐਗਜ਼ੈਕਟਲੀ ਜਿਹੜਾ ਉਸੇ ਲਾਈਨ ਫੇਰ ਦੂਸਰਾ ਤੁਹਾਨੂੰ ਆਪਣੀ ਮੰਦ ਹਾਲੀ ਦੇ ਲਈ ਕਿਸੇ ਨੂੰ ਬਲੇਮ ਕਰਨਾ ਬੜਾ ਜ਼ਰੂਰੀ ਹੈ ਕਿਸੇ ਦੇ ਸਿਰ ਤੇ ਭਾਂਡਾ ਪਨਣਾ ਜਿਵੇਂ ਜੇ ਹਿਟਲਰ ਨੇ ਜਾਂ ਦੂਜਿਆਂ ਨੇ ਉਹਨੇ ਕਿਹਾ ਕਿ ਜੇ ਜਿਹੜੀ ਤੁਹਾਡੀ ਇਤਰਾਸਤੀ ਹੈ ਜਾਂ ਜਿਸ ਤੁਸੀਂ ਵੀਕ ਇਕਨੋਮੀ ਚ ਆ ਕੇ ਖਲੋਤੇ ਹੋ ਔਰ ਦੂਜੇ ਜੀ ਦੇ ਲਈ ਯਹੂਦੀ ਜ਼ਿੰਮੇਵਾਰ ਨੇ ਕਿਉਂਕਿ ਇਹ ਨਾ ਇਹ ਬਲੱਡ ਸੈਕਰ ਨੇ ਜੀ ਔਰ ਇਹਨਾਂ ਨੇ ਫਰਸਟ ਵਰਲਡ ਵਾਰ ਦੇ ਵੇਲੇ ਵੀ ਅੰਗਰੇਜ਼ਾਂ ਦੀ ਮਦਦ ਕੀਤੀ ਪੈਸੇ ਦੇ ਨਾਲ ਨਹੀਂ ਤਾਂ ਅਸੀਂ ਤਾਂ ਹਾਰਨ ਵਾਲੇ ਨਹੀਂ ਸੀਗੇ ਸੋ ਤੁਸੀਂ ਬਲੇਮ ਗੇਮ ਜਿਹੜੀ ਹੈ ਉਹ ਇੱਕ ਟਾਰਗੇਟ ਕਰੋ ਉਸ ਦੇ ਉੱਤੇ ਰੱਖੋ ਜੋ ਆਰਐਸਐਸ ਦੀ ਆਈਡੀਓਲੋਜੀਜ਼ ਹਨ ਜੋ ਮੋਦੀ ਲਾਈਨ ਦੇ ਥੱਲੇ ਉਹਨਾਂ ਨੇ ਕੀਤਾ ਕਿ ਜੀ ਇਹ ਤਾਂ ਹਜ਼ਾਰ ਸਾਲ ਮੁਸਲਮਾਨਾਂ ਨੇ ਆ ਕੇ ਸਾਡੀ ਸਭਿਤਾ ਸਾਡੇ ਮੰਦਰ ਤੋੜਤੇ ਸਾਡਾ ਫਲਾਣਾ ਕਰਤਾ ਸਭੇਤਾ ਪੁੱਠੀ ਕਰਤੇ ਹਾਂਜੀ ਮੈਂ ਇੱਕ ਹੋਰ ਸਕਾਲਰ ਦਾ ਜਿਹੜਾ ਉਹ ਇੰਟਰਵਿਊ ਦੇਖ ਰਿਹਾ ਸੀ ਉਹਨੇ ਕਿਹਾ ਕਿ ਵੀ 1861 ਦੇ ਵਿੱਚ ਪਹਿਲੀ ਸੈਂਸਸ ਅੰਗਰੇਜ਼ਾਂ ਨੂੰ ਆਇਆ ਲਗਭਗ 200 ਸਾਲ 100 ਸਾਲ ਤੋਂ ਜ਼ਿਆਦਾ ਹੋ ਗਿਆ ਸੀ ਇੰਡੀਆ ਚ ਸੋ ਉਹਨਾਂ ਨੇ ਪਹਿਲੀ ਸੈਂਸਸ 1861 ਦੇ ਵਿੱਚ ਕਰਵਾਈ ਰਿਲੀਜੀਅਨ ਬੇਸਡ ਵੀ ਕਾਸਟ ਬੇਸਡ ਵੀ ਕਿ ਵੀ ਤੇ ਉਸ ਸੈਂਸਸ ਦੇ ਵਿੱਚ ਉਸ ਵੇਲੇ ਦੇ ਭਾਰਤ ਜਿਹਦੇ ਚ ਅੱਜ ਦਾ ਪਾਕਿਸਤਾਨ ਵੀ ਸ਼ਾਮਲ ਹੈ ਬੰਗਲਾਦੇਸ਼ ਵੀ ਸ਼ਾਮਲ ਹੈ ਉਸ ਭਾਰਤ ਦੇ ਵਿੱਚ ਹਿੰਦੂਆਂ ਦੀ ਆਬਾਦੀ ਜਿਹੜੀ ਹੈ ਉਹ ਲਗਭਗ 74 ਕੇ 75% ਸੀ ਫਿਰ ਉਹਨੇ ਸਵਾਲ ਕੀਤਾ ਉਹਨੇ ਕਿਹਾ ਵੀ ਜੇ ਹਜ਼ਾਰ ਸਾਲ ਚ ਮੁਸਲਮਾਨਾਂ ਨੇ ਕੰਮ ਹੀ ਇਹ ਕੀਤਾ ਹੋਰ ਕੁਝ ਕੀਤਾ ਹੀ ਨਹੀਂ ਕਿ ਵੀ ਉਹਨਾਂ ਨੇ ਮੰਦਰ ਤੋੜੇ ਜਾਂ ਕਨਵਰਜਨਸ ਕੀਤੀਆਂ ਤੇ ਹਾਊ ਕਮ 1000 ਸਾਲ ਦੀ ਮੁਸਲਮਾਨਾਂ ਦੀ ਗੁਲਾਮੀ ਮਹਮੂਦ ਗਜ਼ਨਵੀ ਦੇ ਜ਼ਮਾਨੇ ਤੋਂ ਲੈ ਕੇ ਕਿ 1861 ਦੀ ਜਿਹੜੀ ਮਰਦਮ ਸ਼ੁਮਾਰੀ ਆ ਉਹਦੇ ਵਿੱਚ 74% ਹਿੰਦੂ ਅਜੇ ਬਚੇ ਹੋਏ ਸੀ ਪਰ ਅੱਜ ਵੀ ਜਿੰਨੇ ਮੰਦਰ ਨੇ ਜੇ ਉਹਨਾਂ ਨੇ ਮੰਦਰ ਹੀ ਤੋੜਨ ਦਾ ਕੰਮ ਕਰਨਾ ਸੀ ਤੇ ਫਿਰ ਇਹ ਬਚ ਕਿਵੇਂ ਗਏ ਲੇਕਿਨ ਜੇ ਤੁਸੀਂ ਬਲੇਮ ਕਰ ਰਹੇ ਹੋ ਔਰ ਤੁਸੀਂ ਆਰਐਸਐਸ ਦਾ ਦੇਖੋ ਵੀ ਇਹ ਸਭ ਦੇ ਲਈ ਇਹ ਅੰਗਰੇਜ਼ ਪੀਰੀਅਡ ਨੂੰ ਛੱਡ ਲੈਂਦੇ ਨੇ ਅੰਗਰੇਜ਼ਾਂ ਦੇ 200 ਸਾਲ ਚ ਉਹਨਾਂ ਨੇ ਕੀ ਮਰਸੇ ਨਹੀਂ ਉਹ ਕਿਉਂਕਿ ਤੁਸੀਂ ਜੇਸ ਨੂੰ ਟਾਰਗੇਟ ਕਰਨਾ ਹੈ ਫੋਕਸ ਉਸ ਤੋਂ ਪਾਸੇ ਨਹੀਂ ਜਾਣਾ ਚਾਹੀਦਾ ਅਦਰਵਾਈਜ਼ ਫਿਰ ਮਲਟੀਪਲ ਜੀ ਤੁਹਾਡੇ ਟਾਰਗੇਟ ਹੋ ਜਾਣਗੇ ਸੋ ਦੂਸਰਾ ਤੁਸੀਂ ਫੋਕਸ ਕਰੋ ਕਿ ਭਈ ਇਹੀ ਤੁਹਾਡੇ ਲਈ ਜ਼ਿੰਮੇਵਾਰ ਨੇ ਜਿਸ ਹਾਲ ਦੇ ਵਿੱਚ ਤੁਸੀਂ ਹੈਗੇ ਹੋ ਅੱਛਾ ਤੀਸਰਾ ਫਿਰ ਤੁਸੀਂ ਉਹਨਾਂ ਗਰੁੱਪਾਂ ਨੂੰ ਉਹਨਾਂ ਤਾਕਤਾਂ ਨੂੰ ਏਮਪਾਵਰ ਕਰੋ ਜਿਨ੍ਹਾਂ ਨੇ 2 ਪੁਆਇੰਟ ਵਾਲਿਆਂ ਨੂੰ ਕਾਊਂਟਰ ਕਰਨਾ ਹੈ ਜਿਵੇਂ ਜਰਮਨ ਵਾਲਿਆਂ ਨੇ 나ਜ਼ੀ ਪਾਰਟੀ ਜਿਹੜੇ ਉਹਨਾਂ ਦੇ ਅੱਗੇ ਵਿਜੀਲੈਂਟ ਗਰੁੱਪ ਜਿਨ੍ਹਾਂ ਨੇ ਕ੍ਰਿਸਟਲ ਨੋਟ ਕੀਤਾ ਫਰਾਈਡੇ ਦੀ ਸ਼ਾਮ ਯਹੂਦੀਆਂ ਦੀਆਂ ਕਿਤਾਬਾਂ ਸਾਰੇ ਸ਼ੀਸ਼ੇ ਤੋੜ ਤੇ ਸਟੋਰਾਂ ਦੇ ਕਿਤਾਬਾਂ ਉਹਨਾਂ ਦੀਆਂ ਇਕੱਠੀਆਂ ਕਰਕੇ ਅੱਗ ਲਾ ਦਿੱਤੀ ਜਿਸ لحاظ ਦੇ ਨਾਲ ਇਹਨਾਂ ਨੇ ਆਰਐਸਐਸ ਨੇ ਅੱਗੋਂ ਬਜਰੰਗਦਲ ਵਿਸ਼ਵ ਹਿੰਦੂ ਪਰਿਸ਼ਦ ਦਰ ਪਤਾ ਨਹੀਂ ਹਨੂਮਾਨ ਦੇ ਨਾਂ ਥੱਲੇ ਕਿਸੇ ਹੋਰ ਕਿੰਨੇ ਗਰੁੱਪ ਜਿਨ੍ਹਾਂ ਦੇ ਜ਼ਿੰਮੇ ਕੋਈ ਲਵ ਜਿਹਾਦ ਤੇ ਉੱਤੇ ਛੜਦਾ ਕੋਈ ਘਰ ਵਾਪਸੀ ਤੇ ਛੜਦਾ ਕੋਈ ਕੋ ਵੀਜੀਲੈਂਟੇ ਤੇ ਛੜਦਾ ਕੋਈ ਦੂਜਾ ਕਰਤਾ ਵੀ ਇਹ ਤੁਸੀਂ ਜਿਹੜਾ ਇਸ ਕਿਸਮ ਦਾ ਮਾਹੌਲ ਕ੍ਰੀਏਟ ਕਰੋ ਵੀ ਉਹਨਾਂ ਨੂੰ ਤੁਸੀਂ ਟਾਰਗੇਟ ਕਰੋ ਫਿਰ ਤੁਸੀਂ ਚੌਥੇ ਤੱਕ ਪਹੁੰਚਦੇ ਆ ਇਹ ਮਹਾਰ ਬਰਨਾਡੋ ਕਿ ਭਾਈ ਕਿਉਂਕਿ ਤੁਹਾਡਾ ਪਾਸਟ ਬੜਾ ਗਲੋਰੀਅਸ ਸੀ ਜ਼ਿੰਮੇਵਾਰੀ ਦੇ ਲਈ ਇਹ ਸੀ ਤੇ ਤੁਹਾਨੂੰ ਇਸ ਸਾਰੇ ਚੋਂ ਕੱਢ ਕੌਣ ਸਕਦਾ ਹੈ ਫਿਰ ਤੁਸੀਂ ਇੱਕ ਹੀਰੋ ਵਰਸ਼ਿਪ ਵਾਂਗ ਇੱਕ ਪਰਸਨੈਲਿਟੀ ਨੂੰ ਜਾਂ ਇੱਕ ਧਿਰ ਨੂੰ ਇੰਨਾ ਵਡਿਆਓ ਕਿ ਇਹੀ ਤੁਹਾਡਾ ਕਲਿਆਣ ਕਰੇਗੀ ਜਿਵੇਂ ਉਹਨਾਂ ਨੇ ਨਾਜ਼ੀ ਪਾਰਟੀ ਨੂੰ ਵਡਿਆਇਆ ਔਰ ਨਾਜ਼ੀ ਪਾਰਟੀ ਨੇ ਅੱਗੋਂ ਹਿਟਲਰ ਦੇ ਉੱਤੇ ਜਿਹੜਾ ਉਹ ਪੂਰਾ ਫੋਕਸ ਰੱਖਿਆ ਹੈ ਔਰ ਹਿਟਲਰ ਦੀ ਆਵਾਜ਼ ਉਸ ਦੀ ادا ਉਸ ਦਾ ਹੇ ਹਿਟਲਰ ਕਹਿਣ ਦਾ ਉਹ ਹਰ ਚੀਜ਼ ਜਿਹੜੀ ਹੈ ਉਹ ਟ੍ਰੈਂਡ ਬਣ ਜਾਏ ਮੈਜੋਰਟੀ ਦੇ ਵਿੱਚ ਔਰ ਉਹਨਾਂ ਲੋਕਾਂ ਨੂੰ ਇਹ ਲੱਗਣ ਲੱਗ ਜਾਏ ਹੋਰ ਜੋ ਕੁਝ ਵੀ ਹੋ ਰਿਹਾ ਹੈ ਉਹਦੇ ਨਾਲ ਸਾਡਾ ਕੋਈ ਬਵਾਸਤਾ ਨਹੀਂ ਹੈ ਸਾਡਾ ਕਲਿਆਣ ਇਹਦੇ 'ਚ ਹੈ ਔਰ ਅਸੀਂ ਇਸ 10 ਸਾਲ ਦੇ ਪੀਰੀਅਡ ਦੇਖਦੇ ਹਾਂ ਕਿ ਖਾਸ ਤੌਰ ਤੇ ਜਦੋਂ 2014 ਦੇ ਵਿੱਚ ਮੋਦੀ ਨੇ ਪਾਵਰ ਲਈ ਔਰ ਕਿਵੇਂ ਇਹਨਾਂ 10 ਸਾਲਾਂ ਦੇ ਵਿੱਚ ਜਿਹੜਾ ਉਸ ਕਿਸਮ ਦਾ ਮਾਹੌਲ ਸਿਰਜਿਆ ਗਿਆ ਫੋਕਸ ਹੋ ਗਿਆ ਔਰ ਫਿਰ ਉਹਨਾਂ ਉਹਨਾਂ ਹੀ ਜਿਹੜੇ ਵੀਕ ਪੁਆਇੰਟ ਨੇ ਸੁਸਾਇਟੀ ਦੇ ਉਹਨਾਂ ਦੇ ਉੱਤੇ ਤੁਸੀਂ ਉਂਗਲ ਕਦੇ ਤੁਸੀਂ ਰਾਮ ਮੰਦਿਰ ਬਣਾਉਣ ਦੀ ਗੱਲ ਕਰੋ ਪਹਿਲਾਂ ਮਸਜਿਦ ਢਾਣ ਦੀ ਗੱਲ ਕੀਤੀ 1992 ਚ ਫਿਰ ਬਣਾਉਣ ਦੇ ਨਾਂ ਥੱਲੇ ਫਿਰ ਬਣਦੇ ਆ ਬਣਦੇ ਆ ਪ੍ਰਾਣ ਪ੍ਰਤੀਸ਼ਠਾ ਦੇ ਨਾਂ ਥੱਲੇ ਤੁਸੀਂ ਕੀਤਾ ਔਰ ਉਹਨਾਂ ਕਿਹਾ ਜੀ ਅਜ ਤੱਕ ਤੁਸੀਂ ਫਿਰ ਉਸ ਦੇ ਲਈ ਜਿਹੜਾ ਤੁਸੀਂ ਹੀਰੋ ਵਰਕਸ਼ਪ ਦੇ ਲਈ ਇਤਨੀ ਕ੍ਰੀਏਟ ਕਰਨਾ ਹੈ ਉਹਦੇ ਲਈ ਫਿਰ ਆਪਣੇ ਸਾਰੇ ਸਾਧਨ ਚੋਖ ਦਿਓ ਹਮ ਔਰ ਫਿਰ ਉਹਨੇ ਵੇਰਵਾ ਦਿੱਤਾ ਵੀ ਕਿਵੇਂ 10000 ਤੋਂ ਜ਼ਿਆਦਾ ਉਹਨਾਂ ਦਾ ਆਈਟੀ ਸੈਲ ਦਾ ਬੰਦਾ ਜਾਂ ਦੂਜਾ ਇਹ 800 ਦੇ ਕਰੀਬ ਉਹਨਾਂ ਦੇ 600 ਤੋਂ 800 ਚੈਨਲ ਨੇ ਉਹਦਾ ਕੰਟਰੋਲ ਕੀਤਾ ਹੀ ਸੀ ਪਰ ਉਹਨਾਂ ਦੇ ਥੱਲੇ ਫਿਰ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਰੈਗੂਲੇਸ਼ਨ ਕਿਤੇ ਅਪਲਾਈ ਹੁੰਦਾ ਤੇ ਉਹਦੇ ਹੀ ਉਸ ਹਿੱਸੇ 'ਚ ਸੀ ਤੀਸਰੇ ਤੱਕ ਪਹੁੰਚਦੇ ਆ ਕਿ ਜਿੰਨੀਆਂ ਇੰਸਟੀਚੂਨਸ ਨੇ ਉਹ ਭਾਵੇਂ ਜੁਡੀਸ਼ਰੀ ਹੈ মিডিਆ ਉਹਦੇ ਉੱਤੇ ਤੁਹਾਡਾ ਪੂਰਾ ਛਾਪਾ ਹੋਏ ਕੋਈ ਡੇਅਰ ਹੀ ਨਾ ਕਰ ਸਕੇ ਕਿ ਤੁਹਾਡੇ ਅਗੇਂਸਟ ਕੋਈ ਜਾ ਸਕੇ ਔਰ ਲਾਸਟ ਦੇ ਵਿੱਚ ਫਿਰ ਤੁਸੀਂ ਉਸ ਕਿਸਮ ਦੀ ਕਰਾਊਡ ਤੁਹਾਡੇ ਸਾਹਮਣੇ ਬੈਠੀ ਹੋਏਗੀ ਕਿ ਤੁਸੀਂ ਜੋ ਮਰਜ਼ੀ ਉਹਨਾਂ ਨੂੰ ਕਹੀ ਜਾਓ ਉਹ ਉਸ ਨੂੰ ਸੱਤ ਕਰਕੇ ਮੰਨਣਗੇ ਉਹਨਾਂ ਨੂੰ ਲੱਗੇਗਾ ਕਿ ਇਹੀ ਐਬਸੋਲਿਊਟ ਟਰੂਥ ਹੈ ਔਰ ਉਸ ਦਾ ਨਤੀਜਾ ਫਿਰ ਹੋਏਗਾ ਜੋ ਹੁੰਦਾ ਜੋ ਫਿਰ ਨਾਜ਼ੀ ਜਰਮਨੀ ਦਾ ਆਪਣਾ ਨਤੀਜਾ ਹੋਇਆ ਸਫਰ ਕਿਵੇਂ ਜਰਮਨਾ ਨੇ ਤਾਂ ਕੀਤਾ ਹੀ ਕੀਤਾ ਕਿਵੇਂ ਕਰੋੜਾਂ ਲੋਕ ਮਾਰੇ ਗਏ ਔਰ ਐਗਜ਼ੈਕਟਲੀ ਉਸ ਲਾਈਨ ਦੇ ਉੱਤੇ ਔਰ ਉਸ ਜ਼ਮਾਨੇ ਦਾ ਅਜੇ 1 ਟੂ 1 ਜਾਂ ਵਿਦਨ ਕੈਂਪਸਸ ਜ ਸਕੂਲਾਂ ਔਰ ਮਾਹੌਲ ਤੁਸੀਂ ਇਹ ਬਣਾ ਦਿਓ ਰਿਪੋਰਟ ਕਰਨ ਵਾਲਾ ਜੋ ਨਾਜ਼ੀਆਂ ਦਾ ਸੀ ਕਿ ਕਈ ਵਾਰੀ ਜਿਹੜੇ ਬੱਚੇ ਨੇ ਉਹ ਆਪਣੇ ਪੇਰੈਂਟਸ ਦੇ ਖਿਲਾਫ ਰਿਪੋਰਟ ਕਰਦੇ ਸੀ ਜਾ ਕੇ ਕਿ ਜੀ ਸਾਡੇ ਘਰ ਚ ਗੱਲ ਹੋਈ ਸਾਡਾ ਪਿਓ ਜਿਹੜਾ ਹੈ ਉਹ ਹਿਟਲਰ ਨੂੰ ਬੁਰਾ ਭਲਾ ਕਹਿ ਰਿਹਾ ਸੀ ਤਾਂ ਉਹਨਾਂ ਦੀ ਜਿਹੜੇ ਵਿਜੀਲੈਂਟੇ ਜਾਂ ਜਿਹੜੇ ਉਹਨਾਂ ਦੇ ਉਸ ਕਿਸਮ ਦੀ ਜਿਹੜੀ ਸਿਕਿਉਰਿਟੀ ਉਹਨਾਂ ਨੇ ਬਣਾਈ ਹੋਈ ਸੀਗੀ ਉਹਨਾਂ ਦੀ ਖੁਫੀ ਉਹੀ ਚੁੱਕੇ ਲਿਆ ਜਾਂਦੇ ਸੀ ਹੁਣ ਇਵੇਂ ਹੀ ਤੁਸੀਂ ਦੇਖੋਗੇ ਕਿ ਵੀ ਕਿਵੇਂ ਝੂਠ ਫੈਲਾਇਆ ਜਾਂਦਾ ਹੈ ਕਿਵੇਂ ਜਿਹੜਾ ਕਿਉਂਕਿ WhatsApp ਹੀ ਕਿਸ ਕਿਸਮ ਦਾ ਇਨਸਟਰੂਮੈਂਟ ਇਹਨਾਂ ਦੇ ਹੱਥ 'ਚ ਆਇਆ ਜਿਹਦੇ ਥੱਲੇ ਮਿਲੀਅਨਜ਼ ਐਂਡ ਮਿਲੀਅਨਜ਼ ਤੱਕ ਤੁਸੀਂ ਕੋਈ ਖਬਰ ਪਹੁੰਚਾਣੀ ਹੈ ਤੇ ਉਸ ਦੇ ਉੱਤੇ ਕਾਰਵਾਈ ਕਿਨੇ ਕਰਨੀ ਹੈ ਔਰ ਉਹੀ ਨਹੀਂ ਈਵਨ ਜਿਹੜੀਆਂ ਜੇਸੀ ਫੇਸਬੁੱਕ ਜਾਂ YouTube ਜਾਂ Instagram ਜਾਂ ਦੂਸਰੇ ਮੀਡੀਆ ਦੇਖਦੇ ਉਸ ਦੇ ਉੱਤੇ ਉਹਨਾਂ ਨੇ ਜਦੋਂ ਆਪਣਾ IT ਐਕਟ ਬਣਾਇਆ ਉਹਦੇ ਥੱਲੇ ਕਿਨੂੰ ਉਹਨਾਂ ਨੇ ਜਿਹੜਾ ਉਹ ਚੁੱਪ ਕਰਵਾਣਾ ਕਿਨੂੰ ਕਹਿਣਾ ਵੀ ਇਹਨੂੰ ਲਾਓ BBC ਦੀ ਟੂ ਪਾਰਟ ਡਾਕੂਮੈਂਟਰੀ YouTube ਤੋਂ ਲਵਾ ਦਿੱਤੀ ABC ਆਸਟ੍ਰੇਲੀਆ ਦੀ ਬੀਬੀ ਨੇ ਜਿਹੜੀ ਅੱਧੇ ਘੰਟੇ ਦੀ ਡਾਕੂਮੈਂਟਰੀ ਕੀਤੀ ਅਸੀਂ ਜ਼ਿਕਰ ਕਰਾਂਗੇ ਕਿ ਭਾਈ ਉਹਦੇ ਨਾਲ ਵੀ ਹੁਣ ਕੀ ਅਸ਼ਰ ਹੋਇਆ ਉਹਨੂੰ YouTube ਤੋਂ ਤਰਵਾ ਦਿੱਤਾ ਤੇ ਅਸੀਂ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਸਾਨੂੰ ਤਾਂ 4 ਸਾਲ ਪਹਿਲਾਂ ਉਹਨਾਂ ਨੇ ਉੱਥੇ ਵੀ ਵੈਨ ਕੀਤਾ ਔਰ ਹੁਣ ਈਵਨ ਕੱਲ ਦੇ ਪ੍ਰੋਗਰਾਮ ਚ ਅਸੀਂ ਇਹ ਦੇਖਿਆ ਕਿ ਵੀ ਜਦੋਂ ਜਿਹੜਾ ਫੁੱਲ ਪ੍ਰੋਗਰਾਮ ਸਾਡਾ Facebook ਤੋਂ ਵੈਸੀ ਬਲੌਕ ਕਰ ਦੁੱਤੀ ਆ ਉਹ ਪੇਜ ਹੀ ਗਾਇਬ ਕਰ ਦਤਾ ਇਵਨ YouTube ਦੇ ਕਮੈਂਟਸ ਜਿਹੜੇ ਨੇ ਉਹਦੇ ਚ ਆ ਰਿਹਾ ਸੀ ਕਿ ਕਮੈਂਟਸ ਟਰਨਡ ਆਫ ਦੇਖੋ ਔਰ ਬਾਅਦ ਜਦੋਂ ਅਸੀਂ ਪੰਜ ਜਿਹੜੇ ਸਾਡੇ ਸੈਗਮੈਂਟ ਲੇਟ ਨਾਈਟ ਆਵਰਸ ਅਪਲੋਡ ਹੁੰਦੇ ਨੇ ਉਹਨਾਂ ਚੋਂ ਵੀ ਇੱਕ ਜਾਂ ਦੋ ਦੇ ਵਿੱਚ ਕਮੈਂਟਸ ਟਰਨਡ ਆਫ ਸੋ ਇਹ ਸਾਡੇ ਲਈ ਨੈਕਸਟ ਡੇਂਜਰ ਸਾਈਨ ਹੈ ਕਿ ਭਾਈ ਇਹ ਕਿਸ ਸਾਥ ਕਿਉਂਕਿ ਇਹਨਾਂ ਨੇ ਫਿਰ ਇਹੀ ਨਹੀਂ ਵੀ ਕੱਲਾ ਉਹ ਆਪਣਾ ਨੈਰੇਟਿਵ ਸर्जਦੇ ਨੇ ਜਿਹੜੇ ਦੁਨੀਆਂ ਦੇ ਵਿੱਚ ਕੋਈ ਵੀ ਐਸੀ ਗੱਲ ਕਰਨ ਵਾਲਾ ਜਿਹੜਾ ਉਹਨਾਂ ਨੂੰ ਹਿੰਦੂ ਤਵੀਆਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਨੈਰੇਟਿਵ ਨੂੰ ਭੰਨਦਾ ਹੈ ਉਹਨਾਂ ਦੇ ਖਿਲਾਫ ਉਹ ਕਮਿਊਨਿਟੀ ਗਾਈਡਲਾਈਨਸ ਦੇ ਨਾਂ ਥੱਲੇ ਪੂਰੀ ਮਾਸ ਮੇਲਿੰਗ ਕਰਦੇ ਨੇ ਕਿ ਭਾਈ ਇਹ ਜਿਹੜਾ ਐਵੇਂ ਹੋ ਰਿਹਾ ਹੈ ਵਾਇਲੈਂਸ ਹਟਰੀਡ ਹੈ ਫਲਾਣਾ ਤੇ ਠੰਮਕਾ ਔਰ ਉਹਨਾਂ ਦਾ ਕਿ ਬਹੁਤ ਸਾਰਾ ਕੁਝ ਕੰਪਿਊਟਰਾਈਜ਼ਡ ਹੈ ਉਹਦੇ ਵਿੱਚ ਕੋਈ ਜ਼ਰੂਰੀ ਨਹੀਂ ਹੈ ਵੀ ਉਹਨਾਂ ਪਲੇਟਫਾਰਮਸ ਦੇ ਉੱਤੇ ਕੋਈ ਖਾਸ ਬੰਦਾ ਬੈਠਾ ਹੈ ਜਿਹੜਾ ਹਰ ਇੱਕ ਦੀ ਪੋਸਟ ਨੂੰ ਪੜ ਰਿਹਾ ਹੈ ਉਨਾ ਦਾ ਇੱਕ ਥ੍ਰੈਸ਼ਹੋਲਡ ਹੈ ਜਿਸ ਤੱਕ ਹੁੰਦਾ ਹੈ ਉਹ ਤੁਹਾਨੂੰ ਇੱਕ ਨੋਟਿਸ ਭੇਜਦੇ ਨੇ ਔਰ ਉਸ ਤੋਂ ਬਾਅਦ ਉਹ ਤੁਹਾਨੂੰ ਬਲੌਕ ਕਰ ਦਿੰਦੇ ਨੇ ਔਰ ਜੇ ਜਿੱਥੇ ਥੋੜੀ ਬਹੁਤ ਚਰਚਾ ਹੁੰਦੀ ਹੈ ਉੱਥੇ ਐਲਨ ਮਸਕ ਟਵਿੱਟਰ ਦੇ ਮਾਲਕ ਵਰਗਾ ਹਾਲਾਉ ਨੇ ਆਪਣੀ ਇੰਡੀਆ ਵਿਜ਼ਿਟ ਕੈਨਸਲ ਕਰ ਦਿੱਤੀ ਅੱਛਾ ਔਰ ਉਹਦੇ ਚ ਸੀ ਕਿ ਜੀ ਉਹਨੇ ਪਤਾ ਨਹੀਂ ਕੀ ਸਾਈਨ ਕਰਨਾ ਹੈ 2 ਬਿਲੀਅਨ ਡਾਲਰ ਦੀ ਡੀਲ ਤੇ ਇਹ ਉਹ ਔਰ ਇਹ ਉਹਨੇ ਸ਼ਾਇਦ ਫਾਈਨੈਂਸ਼ੀਅਲ ਟਾਈਮਜ਼ ਨੇ ਕਿਹਾ ਕਬੀ ਉਹਨੇ ਇਹ ਦੇਖਦਾ ਹੋਇਆ ਵੀ ਮੋਦੀ ਦਾ ਕ੍ਰਿਟਿਸਿਜ਼ਮ ਹੈ ਔਰ ਦੂਸਰਾ ਉਹਨੇ ਕੈਨਸਲ ਕੀਤਾ ਪਰ ਉਹਨੂੰ ਜਦੋਂ ਉਹ ਟਵੀਟ ਹਟਾਉਂਦਾ ਹੈ ਤੇ ਉਹ ਕਹਿੰਦਾ ਜੀ ਭਾਵੇਂ ਸਾਡੀ ਪਾਲਿਸੀ ਨਹੀਂ ਹੈ ਅਸੀਂ ਫ੍ਰੀडम ਆਫ ਐਕਸਪ੍ਰੈਸ਼ਨ ਚਾਹੁੰਦੇ ਪਰ ਅਸੀਂ ਕਿਉਂਕਿ ਉਹਨਾਂ ਦੀਆਂ ਆਪਣੀਆਂ ਲਾਅ ਹੈ ਗਾਈਡਲਾਈਨਸ ਹੈ ਅਸੀਂ ਆਪਣੇ ਜਿਹੜੇ ਮੁਲਾਜ਼ਮ ਨੇ ਉੱਥੇ ਬੈਠੇ ਉਹਨਾਂ ਨੂੰ ਜੇਲ੍ਹ ਥੋੜੀ ਭਜਵਾਉਣਾ ਹੈ ਜਾਂ ਅਸੀਂ ਆਪਣੀ ਮਾਰਕੀਟ ਥੋੜੀ ਖਰਾਬ ਕਰਦੇ ਹੁਣ ਇਸ ਕਿਸਮ ਦੇ ਲੋਕ ਕੀ ਜੇ ਆਸਟ੍ਰੇਲੀਆ ਦੇ ਵਿਚ ਇੱਕ ਵਾਕਿਆ ਪਿਛਲੇ ਦਿਨਾਂ ਚ ਹੋਇਆ ਇੱਕ ਚਰਚ ਦੇ ਬਿਸ਼ਪ ਨੂੰ ਔਰ ਦੂਸਰੇ ਨੂੰ ਦੀ ਸਟੈਬਿੰਗ ਹੋਈ ਜਾਂ ਉਹਦੀਆਂ ਵੀਡੀਓ ਹਟਾ ਨਹੀਂ ਸੀ ਰਹੇ ਤੇ ਆਸਟ੍ਰੇਲੀਆ ਦੀ ਕੋਰਟ ਦੇ ਵਿੱਚ ਕੇਸ ਗਿਆ ਉਹਨਾਂ ਨੇ ਕੀਤਾ ਤੇ ਉਹਦੇ ਤੇ ਐਲਨ ਮਸਕ ਇਹ ਕਹਿ ਰਿਹਾ ਸੀ ਕਿ ਜੀ ਦੇਖੋ ਇਹ ਫਰੀडम ਆਫ ਐਕਸਪ੍ਰੈਸ਼ਨ ਨੂੰ ਚੈੱਕ ਕਰ ਵੀ ਤੁਸੀਂ ਜਿਹੜੀਆਂ ਵੈਸਟਰਨ ਕੰਟਰੀਜ਼ ਜਿਹੜੀ ਤੁਹਾਨੂੰ ਹੱਕ ਦਿੰਦੀਆਂ ਨੇ ਉਹਨਾਂ ਦੇ ਵਿੱਚ ਤੁਸੀਂ ਇਸ ਕਿਸਮ ਦੀ ਗੱਲ ਕਰ ਰਹੇ ਹੋ ਉਥੇ ਤੁਸੀਂ ਇਹ ਕਹਿ ਕੇ ਜੀ ਅਸੀਂ ਭਾਵੇਂ ਨਹੀਂ ਚਾਹੁੰਦੇ ਕਿ ਵੀ ਇਹ ਜਿਹੜਾ ਫਰੀडम ਆਫ ਐਕਸਪ੍ਰੈਸ਼ਨ ਤੇ ਚੈੱਕ ਹੋਏ ਪਰ ਸਾਡੇ ਕੋਲ ਕੋਈ ਚੋਇਸ ਨਹੀਂ ਹੈ ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਸਿਮਰਨਦੀਪ ਸਿੰਘ ਜਿਹੜੇ ਆਧਾਰਿਆਂ ਦੀ ਗੱਲ ਕਰਦੇ ਨੇ ਇਹਨਾਂ ਚ ਸਾਨੂੰ ਕਿਵੇਂ ਅਸੀਂ ਅੱਗੇ ਆਪਣੀ ਗੱਲ ਲਾ ਜਾ ਸਕਾਂਗੇ ਜੇ ਜਿਹੜਾ ਮਿਨੀਮਮ ਲੈਵਲ ਦੇ ਉੱਤੇ ਸਾਡਾ ਕੰਮ ਕਰਨ ਦਾ ਟੰਗ ਹੈ ਜਾਂ ਉਸ ਨਾਲ ਜੁੜੇ ਹੋਏ ਖਰਚੇ ਨੇ ਉਹਨਾਂ ਦੀ ਪੂਰਤੀ ਲਈ ਵੀ ਸਾਨੂੰ ਜਿਹੜਾ ਉਹਦਾ ਬੈਗਿੰਗ ਬਾਲ ਜਾਣਾ ਪਏ ਸੋ ਅਸੀਂ ਸਮਰਨਦੀਪ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਕਿ ਉਹਨਾਂ ਨੇ ਉਹ ਸਾਨੂੰ ਨਵਾਜਦੇ ਨੇ ਸਾਡੀ ਸਪੋਰਟ ਕਰਦੇ ਨੇ ਔਰ ਗੱਲ ਜਿਸ ਟਾਪਿਕ ਤੇ ਅਸੀਂ ਕਰ ਰਹੇ ਹਾਂ ਉਸੇ ਤੇ ਸਾਡਾ ਲੀਡ ਸੈਗਮੈਂਟ ਹੈ ਹਮ ਸਟੇਟ ਡਿਪਾਰਟਮੈਂਟ ਰਿਪੋਰਟ ਹਮ ਹੁਣ ਜਦੋਂ ਅਸੀਂ ਹਿਊਮਨ ਰਾਈਟਸ ਨਾਲ ਸੰਬੰਧਤ ਜਾਂ ਦੂਸਰੇ ਫਰੀडम ਦੇ ਨਾਲ ਸੰਬੰਧਤ ਰਿਪੋਰਟਸ ਦੀ ਗੱਲ ਕਰਦੇ ਆਂ ਤੇ ਉਹ ਮਲਟੀਪਲ ਅਮਰੀਕਾ ਦੇ ਵਿੱਚ ਦੋ ਤਿੰਨ ਰਿਪੋਰਟਸ ਮੈਟਰ ਕਰਦੀਆਂ ਅੱਛਾ ਕਿਉਂਕਿ ਇਹ ਸਰਕਾਰੀ ਅਦਾਰਿਆਂ ਦੀਆਂ ਰਿਪੋਰਟ ਹੈ ਇੱਕ ਰਿਪੋਰਟ ਕਿਸੇ ਵੀ ਮੁਰਖ ਬਾਰੇ ਜਿਹੜੇ ਇੰਡੀਪੈਂਡੈਂਟ ਹਿਊਮਨ ਰਾਈਟਸ ਗਰੁੱਪ ਨੇ ਜਿਵੇਂ ਐਮਨੇਸਟੀ ਇੰਟਰਨੈਸ਼ਨਲ ਹੈ ਉਹ ਐਨੂਅਲ ਜਿਹੜੀ ਹੈ ਕੰਟਰੀ ਰਿਪੋਰਟ ਜਾਰੀ ਕਰਦੀ ਹੈ ਪਰ ਉਹ ਨੌਨ ਬਾਈਂਡਿੰਗ ਕਿਸਮ ਦੀ ਵੀ ਹੁੰਦੀ ਹੈ ਹਿਊਮਨ ਰਾਈਟਸ ਵਾਚ ਕਰਦੀ ਹੈ ਇਸੇ ਤਰ੍ਹਾਂ ਡਾਕਟਰ ਸੈਨ ਬਾਰਡਰਸ ਇਹ ਉਹ ਇਹ ਸਾਰੇ ਹਿਊਮਨ ਰਾਈਟਸ ਗਰੁੱਪ ਨੇ ਗਰੁੱਪਸ ਨੇ ਅਮਰੀਕਾ ਦੇ ਵਿੱਚ ਸਟੇਟ ਡਿਪਾਰਟਮੈਂਟ ਜਿਹਨੂੰ ਜ਼ਾਰ ਹੈ ਫੋਰਨ ਮਿਨਿਸਟਰੀ ਕਿਹਾ ਜਾਂਦਾ ਹੈ ਕਾਮਨਵੈਲਥ ਕੰਟਰੀਜ਼ ਦੇ ਵਿੱਚ ਉਹਦੀ ਐਨੂਅਲ ਰਿਪੋਰਟ ਅਮਰੀਕਾ ਦੀ ਮੈਟਰ ਕਰਦੀ ਹੈ ਕਿਉਂਕਿ ਇਹ ਫੁੱਲ ਫਲੇਜਡ ਡਿਪਾਰਟਮੈਂਟ ਹੈ ਜਿਸ ਦੇ ਨਾਲ ਜਿਹੜਾ ਬਿਊਰੋ ਆਫ ਡੈਮੋਕਰੇਸੀ ਹਿਊਮਨ ਰਾਈਟਸ ਐਂਡ ਲੇਬਰ ਇਹ ਤਿੰਨ ਬਿਊਰੋ ਇਸ ਦੇ ਨਾਲ ਨੇ ਔਰ ਇਸ ਤੇ ਬੇਸਡ ਕਿਸੇ ਕੰਟਰੀ ਦਾ ਫਿਰ ਜਿਹੜਾ ਉਸ ਦਾ ਪੂਰਾ ਐਨਾਲਿਸਿਸ ਕੀਤਾ ਜਾਂਦਾ ਹੈ ਉਸ ਨੂੰ ਐਡਵਾਈਸ ਵੀ ਕੀਤਾ ਜਾਂਦਾ ਹੈ ਲੋੜ ਪੈਣ ਤੇ ਮੁਲਕ ਦੇ ਉਸ ਮੁਲਕ ਦੇ ਖਿਲਾਫ ਸੈਂਕਸ਼ਨਸ ਵੀ ਲਾਈਆਂ ਜਾਂਦੀਆਂ ਆਰਥਿਕ پابੰਦੀਆਂ ਵੀ ਲਾਈਆਂ ਜਾਂਦੀਆਂ ਅੱਛਾ ਇੱਕ ਅਸੀ ਰਿਪੋਰਟ ਕਿਉਂਕਿ ਇਹ ਓਵਰਆਲ ਹਿਊਮਨ ਰਾਈਟਸ ਦੀ ਰਿਪੋਰਟ ਹੈ ਇੱਕ ਸਟੇਟ ਡਿਪਾਰਟਮੈਂਟ ਦੀ ਇੰਡੀਪੈਂਡੈਂਟ ਟੂਨਾ ਦਾ ਬਿਊਰੋ ਜਿਹੜਾ ਸਿਰਫ ਰਿਲੀਜੀਅਸ ਫਰੀडम ਦੇ ਉੱਤੇ ਰਿਪੋਰਟ ਦਿੰਦਾ ਔਰ ਇੱਕ ਜਿਹੜਾ ਸਮਾਈ ਗਵਰਨਮੈਂਟ ਹੈ ਬਾਈਪਾਰਟਿਸਨ ਯੂਐਸ ਸਰਫ ਜਿਨੋਸੀ ਕਹਿੰਦੇ ਹੈ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਹੂੰ ਉਹਦੀ ਐਨੂਅਲ ਰਿਪੋਰਟ ਹੁੰਦੀ ਹੈ ਜਿਹੜੀ ਇਹ ਮਾਰਕ ਵੀ ਕਰਦੀ ਹੈ ਕਿ ਇਹ ਕੰਟਰੀ ਆਫ ਪਾਰਟिकुलर ਕਨਸਰਨ ਐਲਾਨੋ ਇਹਨੂੰ ਸੀਓਪੀਸੀ ਕਿ ਬਈ ਉਥੇ ਵਾਇਲੇਸ਼ਨਸ ਹੋ ਰਹੀ ਹੈ ਜਾਂ ਇਸ ਨੂੰ ਫਲਾਣੇ ਸ케ਜੂਲ ਚ ਪਾਓ ਸੋ ਇਹ ਜਿਹੜੀ ਰਿਪੋਰਟ ਹੈ ਪਿਛਲੇ ਬਰੇ ਤੇ 2023 ਤੇ ਬੇਸਡ ਹੈ ਔਰ ਇਹ ਦੁਨੀਆ ਦੇ 190 ਤੋਂ ਜ਼ਿਆਦਾ ਮਲਕਾਂ ਦੇ ਸਬੰਧੀ ਅਮਰੀਕਾ ਰਿਪੋਰਟ ਜਾਰੀ ਕਰਦਾ ਹੈ ਡਟ ਇੰਡੀਆ ਵਾਲੀ ਜਿਹੜੀ ਰਿਪੋਰਟ ਹੈ 100 ਸਫੇ ਤੋਂ ਜ਼ਿਆਦਾ ਹੈ ਮੋਰ ਥੈਨ 100 ਅਸੀਂ ਹਾਲਾਂਕਿ ਸਾਡੀ ਟੀਮ ਨੇ ਪੂਰੀ ਪੂਰੀ ਪਬਲਿਸ਼ ਕੀਤੀ ਹੈ ਪਰ ਸਾਡੇ ਕੋਲ ਨਾ ਵਕਤ ਹੋਏਗਾ ਇਹਨੂੰ ਡਿਸਕਸ ਕਰਨ ਦਾ ਨਾ ਹੀ ਉਹਦੀ ਕੋਈ ਬਹੁਤੀ ਸ਼ਾਇਦ ਰੈਲੇਵੈਂਸ ਹੋਏ ਹੋਰ ਇਸ ਦੇ ਵਿੱਚ ਖਾਸ ਤੌਰ ਤੇ ਇਹਦੀ ਉਹ ਪਹਿਲਾਂ ਇੱਕ ਸਮਰੀ ਵੀ ਦੇ ਦਿੰਦੇ ਨੇ ਔਰ ਇਹਦੇ ਵਿੱਚ ਫਿਰ ਹਰ ਇਸ਼ੂ ਹਿਊਮਨ ਰਾਈਟਸ ਦਾ ਜਿਸ ਦੇ ਵਿੱਚ ਜਿਹੜਾ ਡਿਟੈਂਸ਼ਨਸ ਨੇ ਟੌਰਚਰ ਹੈ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਨੇ ਬੇਸਿਕ ਰਾਈਟਸ ਹੈ ਪੇ ਰਿਲੇਟਡ ਸਟੇਟ ਵਾਈਜ਼ ਹੈ ਮਨੀਪੁਰ ਚ ਕੀ ਹੋਇਆ ਜੰਮੂ ਕਸ਼ਮੀਰ ਚ ਕੀ ਹੋਇਆ ਪੰਜਾਬ ਚ ਕੀ ਹੋ ਰਿਹਾ ਹੈ ਕਰੰਟ ਚ ਕੀ ਚੱਲ ਰਿਹਾ ਪਰ ਇਹ 2023 ਦੀ ਜਨਵਰੀ ਤੋਂ 31 ਦਸੰਬਰ ਤੱਕ ਦੀ ਇਹ ਰਿਪੋਰਟ ਹੈ ਔਰ ਇਸ ਦੇ ਵਿੱਚ ਉਹਨਾਂ ਨੇ ਕਾਫੀ ਜੋ ਕੁਝ ਭਾਰਤ ਦੇ ਵਿੱਚ ਹੁੰਦਾ ਔਰ ਜ਼ਾਹਰ ਹੈ ਅਸੀਂ ਤਾਂ ਇਸ ਸਾਲ ਪਰ ਅਸੀਂ ਵੀ ਇਹੀ ਕੁਝ ਡਿਸਕਸ ਕਰਦੇ ਹਾਂ ਉਹਨੂੰ ਇੱਕ ਥਾਂ ਕੰਪਾਈਲ ਕੀਤਾ ਹੈ ਔਰ ਇਹ ਕਾਫੀ ਸਟਰੋਂਗ ਰਿਪੋਰਟ ਹੈ ਔਰ ਇਹਦਾ ਜਿਹੜਾ ਖਸੂਸੀ ਪਾਰਟ ਇਹ ਹੈ ਕਿ ਪਹਿਲੀ ਵਾਰ ਹੈ ਕਿ ਇਸ ਰਿਪੋਰਟ ਦੇ ਵਿੱਚ ਭਾਰਤ ਨੂੰ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਕਰਾਇਮ ਦੇ ਲਈ ਵੀ ਜਿਹੜਾ ਉਹ ਬਲੇਮ ਕੀਤਾ ਗਿਆ ਅਜੇ ਤੱਕ ਕਿਉਂਕਿ ਜਦੋਂ ਤੱਕ ਕਨਵਿਕਸ਼ਨ ਨਹੀਂ ਹੁੰਦੀ ਔਰ ਅੱਜ ਸਾਡੇ ਵੀਰ ਸਰ ਗੁਰਪ੍ਰੀਤ ਸਿੰਘ ਵੜੈਚ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਤੋਂ ਮੈਨੂੰ ਪੁੱਛ ਰਿਹਾ ਸੀ ਜੀ ਕਿ ਨਿਖਲ ਗੁਪਤਾ ਦਾ ਕੀ ਬਣਾ ਹੈ ਮੈਂ ਕਿਹਾ ਜੀ ਹੁਣ ਸਾਡਾ ਵੀ ਮੱਥਾ ਠਣਕ ਰਿਹਾ ਕਿ ਭਈ ਨਵੰਬਰ ਮਹੀਨੇ ਦੀ ਇਨਡਾਇਕਟਮੈਂਟ ਹੋਈ ਹੋਈ ਹੈ ਆਲਮੋਸਟ 6 ਮਹੀਨੇ ਹੋ ਜਾਣੇ ਨੇ ਐਂਡ ਤੱਕ ਪਹੁੰਚਦੇ ਆ ਕਿ ਭਈ ਕੋਈ ਖਬਰ ਕਿਸੇ ਪਾਸਿਓਂ ਨਿਕਲ ਨਹੀਂ ਰਹੀ ਨਾ ਤਾਂ ਜਾਂ ਤਾਂ ਮੈਂ ਕਿਹਾ ਵੀ ਉਹ ਚੈੱਕ ਰਿਪਬਲਿਕ ਵਾਲੇ ਹੀ ਪੈਸੇ ਬੁਜ਼ਰਗਾਲ ਕੇ ਦਬ ਕੇ ਬਹਿ ਗਏ ਨੇ ਤੇ ਜਾਂ ਅਮਰੀਕਾ ਇਸ ਨੂੰ ਹੋਰ ਲਿਗਰ ਔਨ ਕਰਨਾ ਚਾਹੁੰਦਾ ਹੈ ਜਾਂ ਕੀ ਪਾਰਟ ਹੈ ਖਾਲਾ ਅਸੀਂ ਜ਼ਿਕਰ ਕਰਾਂਗੇ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਾਰੇ ਵੀ ਇਸ ਰਿਪੋਰਟ ਦੇ ਵਿੱਚ ਜਿਹੜਾ ਜ਼ਿਕਰ ਹੈ ਉਹਦੇ ਵਿੱਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਵੱਲੋਂ ਹਰਦੀਪ ਸਿੰਘ ਨਿਜਰ ਮਰਡਰ ਦੇ ਲਈ ਇੰਡੀਆ ਨੂੰ ਜ਼ਿੰਮੇਵਾਰ ਕਹਿਣ ਦੀ ਗੱਲ ਹੈ ਪਰ ਇਸ ਦੇ ਵਿੱਚ ਹਾਲਾਂਕਿ ਹੋ ਸਕਦਾ ਮੈਂ ਕਿਸੇ ਹੋਰ ਲਾਈਨ ਤੇ ਮਿਸ ਕੀਤਾ ਹੋਇਆ ਪਰ ਮੈਨੂੰ ਨਹੀਂ ਲੱਗਦਾ ਇਸ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਮਰਡਰ ਪਲੋਟ ਜਿਹਦੇ ਤੇ ਬੇਸਡ ਇਨਡਾਈਟਮੈਂਟ ਹੈ 29 ਨਵੰਬਰ ਦੀ ਉਸ ਦਾ ਜ਼ਿਕਰ ਨਹੀਂ ਹੈ ਸੋ ਜਦੋਂ ਮੈਂ ਇਹਨਾਂ ਦੋਨਾਂ ਚੀਜ਼ਾਂ ਨੂੰ ਰੜਾ ਕੇ ਦੇਖਦਾ ਕਿ ਵੀ ਉਧਰ ਜਿਹੜਾ ਨikhil gupt wale frant ਤੋਂ ਕੋਈ ਵੀ ਖਬਰ ਬਾਹਰ ਨਹੀਂ ਆਈ ਕਿ ਭਾਈ ਜਿਹੜੇ ਉਹਨਾਂ ਦੇ constitutional court ਦੇ ਕੋਲ ਕੇਸ ਹੈ ਉਸ ਦਾ ਫਾਈਨਲ ਕੀ ਬਣਿਆ ਸੋ ਇਹ ਜਿਹੜਾ ਥੋੜਾ ਜਿਹਾ ਸਾਡੇ ਲਈ ਜਿਹੜਾ ਉਹ ਮੱਥਾ ਠਣਕਣ ਵਾਲੀ ਗੱਲ ਹੈ ਪਰ ਕਿਉਂਕਿ ਅਸੀਂ ਇਸ ਰਿਪੋਰਟ ਤੇ ਹੀ ਬੇਸਡ ਗੱਲ ਕਰ ਰਹੇ ਸੋ ਇਸ ਦੀ ਐਗਜ਼ੀਕਟਿਵ ਸਮਰੀ ਦੇ ਵਿੱਚ انہوں نے بگنگ uh, منی پور تو ہی کی آؤٹ بریک آف ایتنک کنفلکٹ بٹوینڈ مائیٹائی گروپس ڈیورنگ دا ایئر انڈیاسٹرن اسٹیٹ آف منی پور ریزلٹڈیفکینٹس میڈیا رپورٹڈ ایٹ لیسٹ ون ہنڈریڈ سیونٹی کلڈ مور دین سکسٹی تھاؤزینڈ ڈسپلس مے تھرڈ اینڈ نومبر فیفٹیتھ اور ਇਨ ਐਡੀਸ਼ਨ ਟੂ ਦਾ ਡਿਸਟਰਕਸ਼ਨ ਆਫ ਹੋਮਸ ਬਿਜ਼ਨੈਸਸ ਪਲੇਸਸ ਆਫ ਵਰਸ਼ਿਪ ਇਹ ਪੂਰਾ ਉਹਨਾਂ ਨੇ ਇਥੋਂ ਜਿਹੜਾ ਉਹ ਕੁੱਕੀ ਔਰ ਮਾਈਟਾਈ ਕਬੀਲੇ ਦੇ ਟਕਰਾਅ ਤੋਂ ਸ਼ੁਰੂ ਕੀਤਾ ਫਿਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜੇ ਸਾਰੇ ਭਾਰਤ ਦੇ ਵਿੱਚ ਸਿਗਨੀਫੀਕੈਂਟ ਹਿਊਮਨ ਰਾਈਟਸ ਇਸ਼ੂਜ਼ ਇਨਕਲੂਡਡ ਕ੍ਰੈਡੀਬਲ ਰਿਪੋਰਟਸ ਆਫ ਆਰਬਿਟਰੀ ਔਰ ਅਨਲਾਫੁਲ ਕਿਲਿੰਗਸ ਝੂਠਾ ਫੜ ਕੇ ਮਾਰਨਾ ਇਨਕਲੂਡਿੰਗ ਐਸਟਾ ਜੁਡੀਸ਼ੀਅਲ ਕਿਲਿੰਗਸ ਐਨਫੋਰਸ ਡਿਸਅਪੀਅਰੈਂਸਸ ਬੰਦੇ ਗਾਇਬ ਕਰ ਦੇਣੇ ਟੌਰਚਰ ਔਰ ਕਰੂਅਲ ਇਨ ਹਿਊਮਨ ਔਰ ਡੀਗਰੇਡਿੰਗ ਟ੍ਰੀਟਮੈਂਟ ਔਰ ਪਨਿਸ਼ਮੈਂਟ ਬਾਈ ਦਾ ਗਵਰਨਮੈਂਟ ਹਾਰਸ਼ ਐਂਡ ਲਾਈਫ ਥ੍ਰੈਟਨਿੰਗ ਪ੍ਰिजन ਕੰਡੀਸ਼ਨਸ ਆਰਬਿਟਰੀ ਅਰੈਸਟ ਆਫ ਡਿਟੈਂਸ਼ਨ ਪੋਲੀਟੀਕਲ ਪ੍ਰिजनਰਸ ਔਰ ਡਿਟੇਨੀਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਅਗੇਂਸਟ ਇੰਡੀਵਿਜੂਅਲਸ ਇਨ ਅਨਦਰ ਕੰਟਰੀ ਇਹ ਪਹਿਲੀ ਵਾਰ ਹੈ ਕਿ ਇਵਨ ਸਮਰੀ ਚ ਵੀ ਮੈਂਸ਼ਨ ਹੈ ਹਾਲਾਂ ਇੱਕ ਪੇਜ ਦਾ ਬਾਅਦ ਡਿਟੇਲ ਜਾ ਜਿਹਨੂੰ ਮੈਂ ਡਿਸਕਸ ਕਰਾਂਗਾ ਬਿਲਕੁਲ ਔਰ unlawful interference with privacy punishment of family members for alleged offenses by a relative kita kisne hai tusi family members nu karo serious abuses and conflict eh sara jada hai aur ide thalle summary end karke unna ne kehda government took minimal credible steps or action to identify and punish officials who may have committed human rights abuses ਕਬੀ ਆ ਸਾਰੇ ਹੋਏ ਨੇ ਇਸ ਅੰਬਰੀ ਚ ਆਲਾ ਰਿਪੋਰਟ ਜਿਹੜੇ ਮੈਂ ਕਿਹਾ ਸਵਾਸੋ ਭੇਜੀ ਦੀ ਪਰ ਉਹਨਾਂ ਨੇ ਕਿਹਾ ਵੀ ਹਕੂਮਤ ਵੱਲੋਂ ਆਲਮੋਸਟ ਕੋਈ ਵੀ ਇਸ ਦੇ ਉੱਤੇ ਜੋ ਜੋ ਵਾਇਲੇਸ਼ਨਸ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ 테러ਿਸਟ ਇਨ ਜੰਮੂ ਐਂਡ ਕਸ਼ਮੀਰ ਨਾਰਥ ਈਸਟਰਨ ਸਟੇਟਸ ਮੋਸ ਟੈਰੋਰਿਜ਼ਮ ਅਫੈਕਟਡ ਏਰੀਆਜ਼ ਉਹਨਾਂ ਨੇ ਵੀ ਜੜੀਆਂ ਨੇ ਉਹ ਕੀਤੀਆਂ ਹੁਣ ਇਹਨਾਂ ਨੇ ਫਿਰ ਅਡਿਡ ਸੈਕਸ਼ਨ ਜਿਹੜੇ ਹੁੰਦੇ ਨੇ ਜਿਹਦੇ ਵਿੱਚ ਡਿਸਕਸ ਕੀਤਾ ਜਾਂਦਾ ਹੈ ਅੱਛਾ ਪਹਿਲਾ ਰਿਸਪੈਕਟ ਫॉर ਇੰਟੈਗ੍ਰਿਟੀ ਆਫ ਦਾ ਪਰਸਨ ਆਰਬਿਟਰਰੀ ਡੈਪਰੀਵੇਸ਼ਨ ਆਫ ਲਾਈਫ ਐਂਡ ਅਦਰ ਅਨਲੈਫੁਲਰ ਪੋਲੀਟੀਕਲੀ ਮੋਟੀਵੇਟਿਡ ਕਿਲਿੰਗਸ ਸੋ ਇਸ ਦੇ ਵਿੱਚ ਵੇਰਵੇ ਦੇ ਨਾਲ ਜਿਵੇਂ ਅਤੀਕ احمد ਨੂੰ ਯੂਪੀ ਦੇ ਵਿੱਚ ਗੁੰਡਾ ਯੋਗੀ ਨੇ ਮਾਰਿਆ ਉਸ ਦਾ ਮਰਡਰ ਕੀਤਾ ਜਾਂ ਹੇਟਰੀਡ ਦੇ ਵਿੱਚ ਕਿਵੇਂ ਚੇਤਨ ਸਿੰਘ ਨਾਂ ਦੇ ਪੁਲਿਸ ਆਫਿਸਰ ਨੇ ਟ੍ਰੇਨ ਦੇ ਵਿੱਚ ਸਫਰ ਕਰਦਿਆਂ ਪਹਿਲਾਂ ਆਪਣੇ ਅਫਸਰ ਨੂੰ ਮਾਰਿਆ ਫਿਰ ਉਹਨੇ ਮੁਸਲਮਾਨ ਲੱਭ ਕੇ ਦੋ ਤਿੰਨ ਮਾਰੇ ਉਸ ਦਾ ਵੇਰਵਾ ਔਰ ਉਹਨਾਂ ਨੇ ਕਿਹਾ ਦਾ ਕੰਟਰੀ ਰਜਿਸਟਰਡ 813 ਕੇਸਸ ਆਫ ਐਕਸਟਰਾ ਜੁਡੀਸ਼ਲ ਕਿਲਿੰਗਸ ਬੀਟਵੀਨ 2016 2022 ਵਿਦ ਦਾ ਮੋਸਟ ਰਿਪੋਰਟਡ ਇਨ ਛਤੀਸਗੜ੍ਹ ਫਾਲੋਡ ਬਾਏ ਯੂਪੀ ਫਿਰ ਜੰਮੂ ਕਸ਼ਮੀਰ ਦੇ ਪੂਰੇ ਵੇਰਵੇ ਨੇ ਫਿਰ ਡਿਸ ਅਪੀਰੈਂਸਸ ਦੇ ਕਿ ਅਭੀ ਕਿਵੇਂ ਬੰਦੇ ਗਾਇਬ ਕਰ ਦਿੱਤੇ ਗਏ Human Rights Organization di report te based honna hai approximately 8000 to 10000 persons disappeared in the Jammu and Kashmir region between 1989 and 2006 allegedly attributed to government forces paramilitary forces and terrorists be 8 to 10000 banda Jammu Kashmir ch inna salan de vich jehda ohna ne ditta oh gayab kar ditta gaya is de utte kafi detail ch gall hai ਫਿਰ ਟੌਰਚਰ ਐਂਡ ਅਦਰ क्रूअल इन ह्युमन অর ਡੀਗ੍ਰੇਡਿੰਗ ਟ੍ਰੀਟਮੈਂਟ অর ਪਨਿਸ਼ਮੈਂਟ ਐਂਡ ਅਦਰ ਰਿਲੇਟਡ ਅਬਿਊਸਸ ਕਿਬੀ ਕੀ ਹੋ ਰਿਹਾ ਹੈ ਪ੍ਰिजन অর ਡਿਟੈਂਸ਼ਨ ਸੈਂਟਰ ਚ ਕੀ ਕੰਡੀਸ਼ਨਸ ਨੇ ਆਰਬਿਟਰਰੀ ਅਰੈਸਟ ਕਿਵੇਂ ਹੁੰਦੀ ਹੈ ਔਰ ਇਸ ਦੇ ਲਈ ਜਿਹੜੇ ਲਾਅ ਨੇ ਉਹਨਾਂ ਦਾ ਉਹ ਪੋਟਾ ਹੋਏ ਜਾਂ ਜਿਹੜਾ ਯੂਆਪਾ ਔਰ ਐਨਐਸਏ ਖਾਸ ਤੌਰ ਤੇ ਉਹਦਾ ਕਿਵੇਂ ਮਿਸਯੂਜ਼ ਹੋ ਰਿਹਾ ਔਰ ਇਦੇ ਚੀਵਨ ਉਹਨਾਂ ਨੇ ਕੇਰਲਾ ਬੇਸ ਜਰਨਲਿਸਟ ਸਦੀਕ ਕਪਾਨ ਦਾ ਕੇਸ ਦਿੱਤਾ ਹੈ ਕਿ ਭਈ ਜਿਹਨੂੰ 2 ਸਾਲ ਜੇਲ੍ਹ ਦੇ ਵਿੱਚ ਰੱਖਿਆ ਗਿਆ ਕਿਉਂਕਿ ਉਹਦੇ ਤੇ ਕੋਈ ਦੋਸ਼ ਸਾਬਤ ਨਹੀਂ ਹੋਇਆ ਪਰ ਉਹਨੂੰ ਜਿਹੜਾ ਰਿਲੀਜ਼ ਕਰਨ ਤੋਂ ਬਾਅਦ ਜਿਹੜਾ ਫੇਰ ਫੜ ਲਿਆ ਗਿਆ ਕ੍ਰਿਮੀਨਲ ਚਾਰਜ ਲਾ ਕੇ ਫੇਅਰ ਟ੍ਰਾਇਲ ਨਹੀਂ ਹੈ ਟ੍ਰਾਇਲ ਪ੍ਰੋਸੀਜਰਸ ਦਾ ਜ਼ਿਕਰ ਹੈ ਕਿ ਭਾਈ ਉਹਨਾਂ ਨੂੰ ਕਿਵੇਂ ਜਿਹੜਾ ਉਹ ਲੰਮਕਾਇਆ ਜਾਂਦਾ ਔਰ ਜਦੋਂ ਤੱਕ ਬੰਦੇ ਨੂੰ ਬੰਦਾ ਇਨੋਸੈਂਟ ਸਾਬਤ ਹੁੰਦਾ ਉਹ 2-3 ਸਾਲ ਜੇਲ੍ਹ ਦੇ ਵਿੱਚ ਧੱਕੇ ਖਾ ਰਿਹਾ ਹੁੰਦਾ ਪੋਲਿਟਿਕਲ ਪ੍ਰਿਜ਼ਨਰਸ ਔਰ ਡੀਟੇਨੀਜ਼ ਨਾਲ ਕੀ ਹੁੰਦਾ ਹੁਣ ਜਿਹੜਾ ਪਾਰਟ ਸਾਡੇ ਲਈ ਇੰਟਰਸਟਿੰਗ ਹੈ ਉਹ ਕਿ ਪਹਿਲੀ ਵਾਰ ਹੈ ਕਿ ਯੂਐਸ ਸਟੇਟ ਡਿਪਾਰਟਮੈਂਟ ਦੀ ਰਿਪੋਰਟਸ ਇੰਡੀਆ ਬਾਰੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੂੰ ਇਹ ਜਿਹੜਾ ਉਸ ਨੂੰ ਐਡ ਕੀਤਾ ਗਿਆ ਔਰ ਉਹਦਾ ਐਫ ਦੇ ਉੱਤੇ ਜਾ ਕੇ ਹੈਡਿੰਗ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੂੰ देयर ਵਾਰ ਰਿਪੋਰਟਸ ਦ ਗਵਰਨਮੈਂਟ ਇੰਗੇਜਡ ਇਨ ਟ੍ਰਾਂਸਨੈਸ਼ਨਲ ਰਿਪਰੈਸ਼ਨ ਅਗੇਂਸਟ ਜਰਨਲਿਸਟਸ ਮੈਂਬਰਸ ਆਫ ਡਾਇਸਪੋਰਾ ਪੋਪੂਲੇਸ਼ਨ ਸਿਵਲ ਸੋਸਾਇਟੀ ਐਕਟਿਵਿਸਟਸ ਐਂਡ ਹਿਊਮਨ ਰਾਈਟਸ ਡਿਫੈਂਡਰਸ ਕਿ ਇਹਨਾਂ ਦੇ ਖਿਲਾਫ ਜਿਹੜੀ ਆ ਇੰਡੀਆ ਨੇ ਟ੍ਰਾਂਸਨੈਸ਼ਨਲ ਡਿਪਰੈਸ਼ਨ ਕੀਤੀ ਹੈ ਪੱਤਰਕਾਰਾਂ ਦੇ ਡਾਇਸਪੋਰਾ ਪੋਪੂਲੇਸ਼ਨ ਜਿਵੇਂ ਸਿੱਖ ਸਿਵਲ ਸੁਸਾਇਟੀ ਐਕਟੀਵਿਸਟ ਹਿਊਮਨ ਰਾਈਟਸ ਡਿਫੈਂਡਰ ਐਕਸਟਰਾ ਟੈਰੀਟੋਰੀਅਲ ਕਿਲਿੰਗਸ ਕਿਡਨੈਪਿੰਗ ਫੋਰਸ ਰਿਟਰਨਸ ਔਰ ਅਦਰ ਵਾਇਲੈਂਸ ਆਫ ਥ੍ਰੈਟਸ ਆਫ ਵਾਇਲੈਂਸ ਇਸ ਦੇ ਉੱਤੇ ਉਹਨਾਂ ਨੇ ਗੱਲ ਕੀਤੀ ਹੈ ਦਾ ਗਵਰਨਮੈਂਟ ਵਾਸ ਅਲੇਜਡ by other governments. Hmm. india, the transnational repression the government was alleged by other governments, diaspora communities, and human rights groups to have killed persons or used violence or threats of violence against individuals in other countries for reprisals. Hmm. ਦੂਸਰੇ ਮੁਲਕਾਂ ਚ ਜਾ ਕੇ ਲੋਕਾਂ ਨੂੰ ਧਮਕਾਇਆ ਗਿਆ ਜਾਂ ਮਾਰਿਆ ਗਿਆ ਜਾਂ ਥ੍ਰੈਟ ਕੀਤੀ ਗਈ ਹੂੰ 1 ਸੈਪਟੈਂਬਰ 18 ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਅਨਾਉਂਸਡ ਹਿਸ ਗਵਰਨਮੈਂਟ ਵਾਸ ਇਨਵੈਸਟੀਗੇਟਿੰਗ ਅਲੀਗੇਸ਼ਨਸ ਆਫ ਅ ਲਿੰਕ ਬੀਟਵੀਨ ਇੰਡੀਅਨ ਗਵਰਨਮੈਂਟ ਏਜੰਟਸ ਐਂਡ ਦਾ ਕਿਲਿੰਗ ਆਫ ਅ ਸਿੱਖ ਕੈਨੇਡੀਅਨ ਸਿਟੀਜ਼ਨ ਹਰਦੀਪ ਸਿੰਘ ਨਝ ਹੂਮ ਦਾ ਇੰਡੀਅਨ ਗਵਰਨਮੈਂਟ ਅਲੇਜਡ ਐਂਡ ਡੈਜ਼ਿਗਨੇਟਿਡ ਐਜ਼ ਅ ਟੈਰਰਿਸਟ and who advocated for the creation of an independent Sikh state called Khalistan, the Indian government denied any involvement. Hmm. ਉਹਨੇ ਕਿਹਾ ਕਿ ਜੀ 18 ਸਤੰਬਰ ਨੂੰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਨੇ ਇਹ ਐਲਾਨ ਕੀਤਾ ਕਿ ਕਿਵੇਂ ਇੰਡੀਅਨ ਗਵਰਨਮੈਂਟ ਦੇ ਏਜੰਟ ਜ਼ਿੰਮੇਵਾਰ ਨੇ ਕੈਨੇਡੀਅਨ ਸਿਕ ਸਿਟੀਜ਼ਨ ਹਰਦੀਪ ਸਿੰਘ ਨਿੱਜਰ ਨੂੰ ਮਾਰਨ ਲਈ ਜਿਹਨੂੰ ਭਾਰਤ ਦੀ ਸਰਕਾਰ ਨੇ ਦਹਿਸ਼ਤਗਰਦ ਐਲਾਨਿਆ ਹੋਇਆ ਸੀ ਪਰ ਜਿਹੜਾ ਆਜ਼ਾਦ ਮੁਲਕ ਖਾਲਸਤਾਨ ਦੀ ਕਾਇਮੀ ਲਈ ਜਿਹੜਾ ਉਹ ਯਤਨਸ਼ੀਲ ਸੀ ਪਰ ਭਾਰਤ ਦੀ ਹਕੂਮਤ ਨੇ ਕਿਹਾ ਕਿ ਜੀ ਨਹੀਂ ਨਹੀਂ ਸਾਡਾ ਇਹਦੇ ਵਿੱਚ ਕੋਈ ਹੱਥ ਨਹੀਂ ਹੁਣ ਇੱਥੇ ਅਮਰੀਕਾ ਵਾਲਾ ਪਾਰਟ ਗਾਇਬ ਕਰਤਾ ਹੁਣ ਰਿਪੋਰਟ ਅਮਰੀਕਾ ਦੀ ਹੈ ਕੋਰਟ ਜਸਟਿਸ ਟਰੂਡੋ ਨੇ ਹੀ ਕੀਤਾ ਔਰ ਇਹ ਜਿਸ ਨੂੰ ਪੂਰਾ ਜਿਸ ਤੇ ਬੇਸ ਜਸਟਿਸ ਡਿਪਾਰਟਮੈਂਟ ਨੇ ਇਨਡੈਕਮੈਂਟ ਫਾਈਲ ਕੀਤੀ ਹੋਈ ਹੈ ਉਸ ਦਾ ਇਸ ਇੱਥੇ ਕੋਈ ਮੈਂਸ਼ਨ ਨਹੀਂ ਹੈ ਫੇਅਰ ਥ੍ਰੈਟਸ ਹਰਾਸਮੈਂਟ ਸਰਵੇਲੈਂਸ ਕੋਰਪਸ਼ਨ ਇਹ ਸਾਰੀਆਂ ਇਹ ਚੱਲ ਰਹੀਆਂ ਫਿਰ ਉਹਨਾਂ ਨੇ ਕਿ ਵੀ ਇਵਨ ਵਿਦਨ ਇੰਡੀਆ ਵੀ ਕਿਵੇਂ ਉਹਨਾਂ ਦੇ ਪਰਿਵਾਰਾਂ ਨੂੰ ਥ੍ਰੈਟਨ ਕੀਤਾ ਜਾ ਰਿਹਾ ਉਹਦੇ ਵਿੱਚ ਹਿੰਦੂਸ ਫੋਰ ਹਿਊਮਨ ਰਾਈਟਸ ਔਰ ਇੰਡੀਅਨ ਅਮਰੀਕਨ ਮੁਸਲਮ ਕਾਉਂਸਲ ਕੇ ਉਹਨਾਂ ਦੇ ਜਿਹੜੇ ਨੇ ਵੇਰਵੇ ਨੇ ਔਰ ਉਹਨਾਂ ਦੇ ਅਡਡ ਨਾ ਦੇ ਕੇ ਵੀ ਕਿ ਫਰਾਂਿਆਂ ਨੂੰ ਇਹ ਕਿਹਾ ਦੂਜੇ ਨੂੰ ਇਹ ਕਿਹਾ ਸੋ ਵਿਦਨ ਇੰਡੀਆ ਵੀ ਕੀ ਚੱਲ ਰਿਹਾ ਹੈ ਪ੍ਰੋਪਰਟੀ ਸੀਜ਼ਰ ਐਂਡ ਰੈਸਟਿਚੂਸ਼ਨ ਉਹਦੇ ਥੱਲੇ ਉਹਨਾਂ ਨੇ ਕਿਹਾ ਕਿ ਸਿਵਲ ਸੁਸਾਇਟੀ ਆਰਗੇਨਾਈਜੇਸ਼ਨ ਐਸਟੀਮੇਟਡ ਗਵਰਨਮੈਂਟ ਡਿਮੋਲਿਸ਼ਡ ਐਟ ਲੀਸਟ 43000 ਹੋਮਸ ਬੀਟਵੀਨ ਮਾਰਚ 2020 ਐਂਡ ਜੁਲਾਈ 21 ਐਸ ਵੈਲ ਐਸ ਐ ਵਿਕਟਿਡ ਅਪ੍ਰੋਕਸੀਮੇਟਲੀ 21 ਪਰਸਨਸ ਐਵਰੀ ਆਵਰ ਡਿਊਰਿੰਗ ਥੈਟ ਪੀਰੀਅਡ ਉਹ ਜਿਹੜੀ ਬੁਲਡੋਜ਼ਰ ਕਰਨ ਦਾ ਯੂਪੀ ਦੇ ਉਸ ਗੁੰਡਾ ਯੋਗੀ ਦਾ ਸੋ ਬਾਕੀ ਇਹ ਸਾਰੇ ਚ ਕਾਫੀ ਲੰਬੀ ਚੌੜੀ ਰਿਪੋਰਟ ਹੈ ਪਰ ਜਿਹੜਾ ਬਹੁਤ ਰੈਲੇਵੈਂਟ ਪਾਰਟ ਹੈ ਉਹ ਮੈਂ ਡਿਸਕਸ ਕੀਤਾ ਹੈ ਪਰ میڈیا ਦੀ ਤਾਕਤ ਕੀ ਹੈ ਬਿਲਕੁਲ ਕਿਵੇਂ ਅਸਲੀ ਖਬਰ ਗਾਇਬ ਕਰ ਹੁਣ ਇਹ ਰਿਪੋਰਟ 250 ਪੇਜ ਦੀ ਇੰਡੀਆ ਚ ਕੀ ਚੱਲ ਰਿਹਾ ਉਸ ਦੇ ਉੱਤੇ ਹੈ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਲਈ ਜਿਹੜਾ ਜ਼ਿੰਮੇਵਾਰ ਹੁਣ ਜਿਹੜੀ ਸਭ ਤੋਂ ਸਾਈਨ ਆਫ ਉੱਥੇ ਉਥੋਂ ਦੇ ਸਿਸਟਮ ਚ ਨਿਊਟਰਲ ਅਖਬਾਰ ਕਹੀ ਜਾਂਦੇ ਦਾ ਹਿੰਦੂ ਹੈ ਹੂੰ ਦਾ ਹਿੰਦੂ ਦੀ ਤੁਸੀਂ ਹੈਡਲਾਈਨ ਦੇਖੋ ਯੂ ਐਸ ਇੰਡੀਆ ਰੈਗੂਲਰਲੀ ਕੰਸਲਟਡ ਐਟ ਹਾਈਐਸਟ ਲੈਵਲਸ ਆਫ ਡੈਮੋਕਰੇਸੀ ਹਿਊਮਨ ਰਾਈਟਸ ਇਸ਼ੂ ਸਟੇਟ ਡਿਪਾਰਟਮੈਂਟ ਅਫੀਸਰ ਹੁਣੇ ਰਿਪੋਰਟ ਜਿਹੜੀ ਜਾਰੀ ਕੀਤੀ ਹੈ ਕੰਟਰੀ ਰਿਪੋਰਟ ਉਹ ਐਂਟਰਨੀ ਬਲਿੰਕਰ ਨੇ ਕੀਤੀ ਹੈ ਜਿਹੜਾ ਸੈਕਟਰੀ ਆਫ ਸਟੇਟ ਹੈ ਹੁਣ ਇਹ ਅਖਬਾਰ ਜਿਹੜਾ ਉਹ ਇੱਕ ਰੋਬਰਟ ਜੀ ਗਿਲਪੁਰਾ ਕਿਸੇ ਅਫੀਸ਼ੀਅਲ ਨੂੰ ਕੋਟ ਕਰਕੇ ਕਹਿ ਰਿਹਾ ਕਿ ਅਮਰੀਕਾ ਤੇ ਭਾਰਤ ਜਿਹੜੇ ਨੇ ਯੂਨਾਈਟਿਡ ਸਟੇਟਸ ਐਂਡ ਇੰਡੀਆ ਰੈਗੂਲਰਲੀ ਕੰਸਲਟ ਐਟ ਦਾ ਹਾਈएस्ट ਲੈਵਲ ਔਨ ਡੈਮੋਕਰੇਸੀ ਐਂਡ ਹਿਊਮਨ ਰਾਈਟਸ ਇਸ਼ੂ ਅ ਸੀਨੀਅਰ ਯੂ ਐਸ ਸਟੇਟ ਡਿਪਾਰਟਮੈਂਟ ਅਫੀਸ਼ੀਅਲ ਸੈਡ ਔਨ ਅਪ੍ਰੈਲ 22 ਇਨ ਰਿਸਪੌਂਸ ਟੂ ਐਨ ਅਫੀਸ਼ੀਅਲ ਰਿਪੋਰਟ ਰੀਲੀਜ਼ਡ ਵਾਟ ਆਈਲ ਸੇਜ਼ ਦ ਯੂ ਐਸ ਐਂਡ ਇੰਡੀਆ ਰੈਗੂਲਰਲੀ ਕੰਸਲਟ ਐਟ ਦਾ ਹਾਈएस्ट ਲੈਵਲ ਔਨ ਡੈਮੋਕਰੇਸੀ ਔਨ ਹਿਊਮਨ ਰਾਈਟਸ ਇਸ਼ੂ ਰੋਬਰਟ ਐਸ ਗਿਲਬਸਟ ਹੈ ਉਹਨੇ ਕਿਹਾ ਜੀ ਵੀ ਸਟਰੋਂਗਲੀ ਐਨਕਰੇਜ ਐਂਡ ਅਰਜ ਇੰਡੀਆ ਟੂ ਅਪਹੋਲਡ ਇਟਸ ਹਿਊਮਨ ਰਾਈਟਸ ਆਬਲੀਗੇਸ਼ਨਸ ਐਂਡ ਕਮਿਟਮੈਂਟਸ ਵੀ ਆਲਸੋ ਰੈਗੂਲਰਲੀ ਮੀਟ ਵਿਦ ਸਿਵਲ ਸੋਸਾਇਟੀ ਰਿਪਰੈਜ਼ੈਂਟੇਟਿਵ ਬੋਥ ਇਨ ਯੂ ਐਸ ਐਂਡ ਇੰਡੀਆ ਟੂ ਹੀਅਰ देयर ਪਰਸਪੈਕਟਿਵ ਐਂਡ ਦੋਸ ਸੌਰਟਸ ਆਫ ਪਰਸਪੈਕਟਿਵਸ ਇਨਫਾਰਮ ਦਾ ਹਿਊਮਨ ਰਾਈਟਸ ਰਿਪੋਰਟ ਮਤਲਬ ਇਨਾ ਵਾਟਰ ਡਾਊਨ ਕੀਤਾ ਗਿਆ ਕਿ ਐਜ਼ ਇਫ ਕੁਝ ਵੀ ਨਹੀਂ ਹੈ ਠੀਕ ਹੈ ਰਿਪੋਰਟ ਆ ਗਈ ਅਸੀਂ ਤਾਂ ਰੋਜ਼ਾਨਾ ਹੀ ਭਾਰਤ ਨਾਲ ਗੱਲ ਕਰੋ ਇਹ ਗੱਲ ਇਵੇਂ ਹੀ ਹੈ ਜਿਵੇਂ ਇੱਕੋ ਬਰਾਬਰ ਦੇ ਲੈਵਲ ਦੇ ਉੱਤੇ ਗੱਲ ਹੋ ਇਹ ਨਹੀਂ ਹੈਗੇ ਵੀ ਇੱਕ ਵਾਇਓਲੇਟਰ ਹੈ ਤੁਸੀਂ ਕਿਸੇ ਦੇ ਕੰਨ ਪਟਦੇ ਹੋ ਜਾਂ ਕਿਸੇ ਨੂੰ ਮੁਰਗਾ ਬਣਾਉਂਦੇ ਹੋ ਵੀ ਚੱਲ ਜਾਂ ਉਹਦੇ ਨੂੰ ਤੁਸੀਂ ਸੈਂਕਸ਼ਨ ਲਾਉਣ ਦੀ ਗੱਲ ਕਰਦੇ ਹੋ ਸੋ ਇਹ ਵੀ ਇੱਕ ਮੀਅਰ ਫਾਰਮੈਲਿਟੀ ਬਣਦੀ ਚਲੀ ਜਾ ਰਹੀ ਹੈ ਅਫਸੋਸ ਹੈ ਕਿ ਇੱਕ ਪਾਸੇ ਜਿੱਥੇ ਅਸੀਂ ਪ੍ਰਾਈਡ ਵੀ ਲੈਨੇ ਕਿ ਭਾਈ ਅਮਰੀਕਾ ਦੇ ਵਿੱਚ ਅਮਰੀਕਨ ਗਵਰਨਮੈਂਟ ਆਪਣੇ ਸਿਟੀਜ਼ਨ ਦੇ ਰਾਈਟ ਨੂੰ ਪ੍ਰੋਟੈਕਟ ਕਰਨ ਦੇ ਲਈ ਭਾਰਤ ਨਾਲ ਉਹਨਾਂ ਨੇ ਜਿਹੜਾ ਉਹ 1050 ਲੜਾਇਆ ਹੋਇਆ ਪਰ ਇਸ ਰਿਪੋਰਟ ਦੇ ਵਿੱਚੋਂ ਇਹ ਇਨਡਾਇਕਟਮੈਂਟ ਵਾਲੇ ਦਾ ਹੋਰ ਅਮਰੀਕਾ 'ਚ ਉਹਨਾਂ ਦੇ ਯਤਨ ਦਾ ਮਾਈਨਸ ਹੋਣਾ ਇਹ ਕੋਈ ਚੰਗਾ ਸਾਈਨ ਨਹੀਂ ਹੈ ਔਰ ਈਵਨ ਫੇਰ ਇਹ ਜਿਹੜਾ ਉਹਨਾਂ ਦਾ ਇਸ ਦੇ ਉੱਤੇ ਕੋਈ ਵੀ ਖੁੱਲ ਕੇ ਇੰਡੀਆ ਨੂੰ ਰਿਪੋਰਟ ਤਾਂ ਰਿਪੋਰਟ ਹੈ ਉਹ ਤਾਂ ਥੱਲੇ ਬਾਬੂਗੋਣੇ ਤਿਆਰ ਕੀਤੀ ਉਹਨਾਂ ਨੇ ਖਬਰਾਂ ਇਧਰੋਂ ਉਧਰੋਂ ਲੰਬੀ ਚੌੜੀ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ ਵੀ ਮੈਂਸ਼ਨ ਹੋ ਗਿਆ ਬਟ ਵਾਟ ਨੈਕਸਟ ਹਮ ਕਿਉਂਕਿ ਕੱਲਾ ਰਿਪੋਰਟ ਮੈਟਰ ਨਹੀਂ ਕਰਦਾ ਜਦੋਂ ਕੋਈ ਰਿਪੋਰਟ ਈਵਨ ਟੇਬਲ ਤੇ ਰੱਖੀ ਜਾਂਦੀ ਹੈ ਹਾਊਸ ਤੇ ਫਿਰ ਹੁੰਦਾ ਵੀ ਐਕਸ਼ਨ ਟੇਕਨ ਹਮ ਹੁਣ ਇਸ ਦੇ ਉੱਤੇ ਅਸੀਂ ਦੇਖਾਂਗੇ ਕਿ ਭਾਈ ਆਉਣ ਵਾਲੇ ਪੀਰੀਅਡ ਚ ਸਟੇਟ ਡਿਪਾਰਟਮੈਂਟ ਦਾ ਅਮਰੀਕਨ ਨੀਤੀਕਾਰ ਦੇ ਜਾਂ ਜਿਹਦੇ ਜਿਸ ਮੁੱਦੇ ਤੇ ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਤੇ ਸੈਨੇਟ ਕਾਂਗਰਸ ਹੀਰਿੰਗ ਆਬਵੀਅਸਲੀ ਕੋਈ ਨਾ ਕੋਈ ਲਾਅ ਤਾਂ ਬਣਨ ਜਾ ਰਹੇ ਲੇਕਿਨ ਜੋ ਖੁਸ਼ਪਾਰਤ ਨੇ ਕੀਤਾ ਉਹਦੀ ਜਵਾਬਦੇਹੀ ਕੀ ਹੈ ਇਸ ਦਾ ਜਵਾਬ ਵਕਤ ਦੱਸੇਗਾ ਕਿ ਭਾਈ ਇਹ ਕਿੰਨੇ ਕੁ ਸੀਰੀਅਸਲੀ ਜਿਹੜਾ ਉਸ ਨੂੰ ਭਾਰਤ ਨੂੰ ਇਸ ਲਈ ਜਵਾਬ ਦੇ ਰਹੇ ਹੁੰਦੇ ਜੀ ਰਾਜ ਸਾਹਿਬ ਤੁਹਾਨੂੰ ਬਹੁਤ ਸ਼ੁਕਰੀਆ ਸੋਥਨੇ ਬ੍ਰੇਕ ਬ੍ਰੇਕ ਜਾਂ ਤੋਂ ਪਹਿਲਾਂ ਅਸੀਂ ਪੰਡਰਸ਼ਕੰਤੀ ਸੁਣੋਤਿਆਂ ਨੂੰ ਪਿੱਲਤੀ ਬੇਨਤੀ ਕਰਦੀ ਹੈ ਪੀਪਲ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ ਏ 4 ਇੱਕ ਪੰਥਕ ਚੈਨਲ ਹੈ ਟੀਵੀ ਏ 4 ਦੇ ਖਿਲਾੜੀ ਵਾਦ ਵਾਦ ਰੋ 1 ਕਰੋੜ ਨਿਕਲ ਨਹੀਂ ਸਾਡੀ ਵੈਬਸਾਈਟ ਟੀਵੀ ਏ 4.ਟਵੀ ਤੇ ਚਾਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਸੋਸੀਟੀ ਵੀਡੀ 4 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਸਪਤੇ ਤੇ 36-01377 ਲੌਗਲੈਂਡ ਸਿਟੀ ਨਿਊਯਾਰਕ 11101 ਯੂ ਐਸ ਏ ਜਾਂ ਫਿਰ ਤੁਸੀਂ ਸਾਨੂੰ ਫੋਨ ਰਮੀ ਸੰਪਰਕ ਕਰ ਸਕਦੇ ਹੋ 5166195984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ ਅਸੀਂ ਤੁਹਾਡੇ ਤੈਦਰ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੋਥਲੇ ਨੇ ਬ੍ਰੇਕ ਵੀਅਰਸ ਅਤ ਸਾਨੂੰ ਸਤਰੀ ਬੜੇ ਨਾਲ ਮਿਲਦੇ ਆ ਛੋਟੇ ਜੇ ਬ੍ਰੇਕ ਤੋਂ ਬਾਅਦ